ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੇਰੇ ਦੇਸੀ ਬੀਬੀ ਯੂਕੇ ਦੇ ਬਰਤਾਨੀਆਂ ਦੇ ਭੈਣੋ ਤੇ ਭਰਾਵੋ ਅੱਜ ਖਾਨਦਾਨੀ ਲੋਕੋ ਅੱਜ ਮੇਰਾ ਇਹ ਜਿਹੜਾ ਵਾ ਵੀਡੀਓ ਜਿਹਨੂੰ ਤੁਸੀਂ ਕਹਿ ਲਾਂ ਜਿਹੜੀ ਇਹ ਫਿਲਮ ਚੱਲਦੀ ਆ ਜਿਹਦਾ ਇਹ ਪੰਜਾਬੀ ਚ ਮੈਨੂੰ ਅੰਗਰੇਜ਼ੀ ਦਾ ਕੋਈ ਲਫ਼ਜ਼ ਮੈਂ ਇਸਤੇਮਾਲ ਨਹੀਂ ਕਰਨਾ ਹੈਗਾ ਤੇ ਪੰਜਾਬੀ ਦੇ ਲਫ਼ਜ਼ ਲੱਭ ਲੱਭ ਕੇ ਮੈਂ ਲਿਖਨੇ ਆ ਤੇ ਮੈਨੂੰ ਫਿਲਮ ਦਾ ਨਾ ਪਤਾ ਨਹੀਂ ਲੱਗਦਾ ਕਿ ਇਹਨੂੰ ਮੈਂ ਕੀ ਕਵਾਂ ਪੰਜਾਬੀ ਦੇ ਵਿੱਚ ਇਹ ਜਿਹੜਾ ਨਕਸ਼ਾ ਘੁੰਮਣ ਵਾਲਾ ਚੱਲਿਆ ਵਾ ਇਹ ਸਾਰਾ ਪੰਜਾਬੀ ਚ ਹੋਊਗਾ ਤੇ ਇਸ ਕਰਕੇ ਮੈਂ ਅੱਜ ਤੁਹਾਨੂੰ ਦਿਖਾਉਣੀ ਆ ਕਿ ਮੈਂ ਨਾ ਆਪਣੇ ਭੈਣ ਭਰਾਵਾਂ ਨੂੰ ਚਰਚ ਦੀ ਸੈਰ ਕਰਾ ਰਹੀ ਆ ਤੇ ਇਹ ਹੈ ਨਾ ਸਾਰੇ ਲੋਕ ਜਿਹੜੇ ਆ ਇਹ ਇਸ ਗਰਜਾ ਘਰ ਦੇ ਵਿੱਚ ਜਮਾ ਹੋਏ ਹੋਏ ਆ ਤੇ ਇਹ ਉੱਪਰ ਜਿਹੜਾ حضرت ঈਸਾ علیہ السلام ਦਾ ਉਹਨਾਂ ਨੇ ਬੋਤਲਾਇਆ ਹੋਇਆ ਵਾ ਜਿਹੜਾ ਉਹ ਉਹਨਾਂ ਦਾ ਜਿਹਦੀ ਉਹ ਪੂਜਾ ਕਰਦੇ ਆ ਤੇ ਜਿਹਨੂੰ ਖੁਦਾ ਦਾ ਬੇਟਾ ਮੰਨਦੇ ਆ ਅਸੀਂ ਕਹਿੰਦੇ ਆ ਕਿ ਉਹ ਅੱਲਾਹ ਤਾਲਾ ਦੇ ਨਬੀ ਆ ਤੇ حضرت محمد صلی اللہ علیہ وسلم ਤੋਂ ਪਹਿਲਾਂ ਪੈਦਾ ਹੋਇਆ ਬਗੈਰ ਬਾਪ ਤੋਂ ਅੱਲਾਹ ਤਾਲਾ ਨੇ ਆਪਣੀ ਕੁਦਰਤ ਨਾਲ ਆਪਣੀ ਸ਼ਾਨ ਨਾਲ ਉਹਨਾਂ ਨੂੰ ਬਗੈਰ ਬਾਪ ਤੋਂ ਪੈਦਾ فرمایا ਵਾ ਤੇ حضرت ਮਰੀਮ ਅਲੈ ਸਲਾਮ ਬਾ ਪਾਕ ਦਾਮਨ ਬਾ ਵਕਾਰ ਬਹੁਤ ਅੱਛੀ ਅੱਲਾਹ ਤਾਲਾ ਦੀ ਵਲੀਆ ਗੁਜ਼ਰੀਆਂ ਇਹ ਸਾਰੇ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹ ਵਲੀ ਵਸਲਮ ਤੋਂ ਪਹਿਲਾਂ ਜਿਹੜਾ ਨਬੀ ਆਇਆ ਸੀ ਨਾ ਉਹਨਾਂ ਦੇ ਮੰਨਣ ਵਾਲੇ ਆ حضرت ਈਸਾ ਅਲੈ ਸਲਾਮ ਦੀ ਕੌਮ ਆ ਤੇ ਇਹਨਾਂ ਨੂੰ ਅਸਾਈ ਕਹਿੰਦੇ ਆ ਉਰਦੂ ਚ ਜਾਂ ਪੰਜਾਬੀ ਚ ਤੇ ਇਹਨਾਂ ਦੀ ਜਿਹੜੀ ਕਿਤਾਬ ਦਾ ਨਾਮ ਆ ਉਹ ਬਾਈਬਲ ਆ ਇਹ ਇਹਨਾਂ ਦਾ ਚਰਚ ਜਿਹੜਾ ਮੈਂ ਤੁਹਾਨੂੰ ਅੰਦਰੋਂ ਦਿਖਾ ਰਹੀ ਆ ਤੇ ਚਰਚ ਦੇ ਵਿੱਚ ਜਿਹੜੀਆਂ ਲੱਕੜੀ ਦੀਆਂ ਹੀ ਕੁਰਸੀਆਂ ਬਣਾਈਆਂ ਹੋਈਆਂ ਵਾਂ ਤੇ ਇਹਨਾਂ ਨੂੰ ਸੰਭਾਲ ਕੇ ਇਸਤੇਮਾਲ ਕਰਦੇ ਆ ਤੇ ਲੱਕੜੀ ਦੀਆਂ ਹੀ ਲਮਾਰੀਆਂ ਵਗੈਰਾ ਬਣਾਈਆਂ ਹੋਈਆਂ ਵਾਂ ਬੜੇ ਦੀਦ ਨਾਲ ਬੜੇ ਪਿਆਰ ਦੇ ਨਾਲ ਮੁਹੱਬਤ ਨਾਲ ਅਲਮਾਰੀਆਂ ਵਗੈਰਾ ਬਣਾਈਆਂ ਹੁੰਦੀਆਂ ਵਾਂ ਤਾਂ ਜਿਹੜੇ ਸੁਨਹਿਰੀ ਰੰਗ ਦੀਆਂ ਲਾਈਆਂ ਹੋਈਆਂ ਵਾਂ ਇਹਨਾਂ ਦੀ ਬਾਈਬਲ ਦੇ ਵਿੱਚ ਜਿਹੜੀਆਂ ਉਹਨਾਂ ਦਾ ਫਰਮਾਨ ਆ ਉਹਨਾਂ ਦੇ ਪੈਦਾ ਕਰਨ ਵਾਲੇ ਰੱਬ ਦਾ ਤੇ ਉਹ ਲਿਖੇ ਹੋਏ ਆ ਤੇ ਇਹਨਾਂ ਬੰਦਿਆਂ ਦੇ ਹੱਥਾਂ ਦੇ ਵਿੱਚ ਨਾ ਮੋਮਬਤੀਆਂ ਫੜੀਆਂ ਹੋਈਆਂ ਵਾਂ ਤੇ ਇਹ ਸਪੈਸ਼ਲ ਹੈ ਨਾ ਖਾਸ ਹੀ ਇਹਨਾਂ ਦਾ ਇਹ ਪ੍ਰੋਗਰਾਮ ਪ੍ਰੋਗਰਾਮ ਵੀ ਨਹੀਂ ਸੀ ਕਿਹੜਾ ਇਹ ਖਾਸ ਹੀ ਇਹਨਾਂ ਦਾ ਵਕਤ ਆ ਤੇ ਇਹ ਇਸ ਵਕਤ ਨੂੰ ਬਹੁਤ ਖੁਸ਼ੀ ਨਾਲ ਹੀ ਮਨਾਉਂਦੇ ਆ ਤੇ ਇਹ ਜਿਹੜੇ ਆ ਨਾ ਇੱਥੇ ਮੁਰੇ ਜਿਹੜਾ ਵੱਡਾ ਸਰੀ ਜਗਾ ਬਣਾਈ ਹੋਈ ਆ ਉੱਚੀ ਸਾਰੀ ਤੇ ਉਹਦੇ ਉੱਤੇ ਨਾ ਬਾਜਾ ਵਜਾਉਂਦੇ ਆ ਤੇ ਉਸ ਆਵਾਜ਼ ਦੇ ਨਾਲ ਨਾਲ ਪੜਦੇ ਆ ਸਾਰੇ ਇੱਕ ਆਵਾਜ਼ ਹੋ ਕੇ ਤੇ ਇਹਨਾਂ ਨੂੰ ਇੱਕ ਰਹਾਣੀ ਸਕੂਨ ਮਿਲਦਾ ਵਾ ਤੇ ਆਪਣੇ ਆਪ ਨੂੰ ਬਹੁਤ ਅੱਛਾ ਮਹਿਸੂਸ ਕਰਦੇ ਆ ਤੇ ਨਾਲੇ ਉਹ ਜਿਹੜੀ ਆ ਨਾ ਕੋਨੇ ਚ ਲੱਗੀ ਹੋਈ ਉਹ ਦਰਖਤ ਦੀ ਇੱਕ ਪੌਦਾ ਕਟਿਆ ਹੋਇਆ ਵੱਡਾ ਸਾਰਾ ਟਾਣਾ ਤੇ ਉਹਨੂੰ ਜ਼ਮੀਨ ਦੇ ਵਿੱਚ ਖੜਾ ਕਰਕੇ ਨੇ ਤੇ ਉੱਤੇ ਨਾ ਬਹੁਤ ਰੰਗ-ਬਰੰਗੇ ਕੁੰਮਕਮੇ ਲਗਾਏ ਹੋਏ ਆ ਜਿਹੜੇ ਚਮਕਦੇ ਆ ਤੇ ਜਿਹਦੇ ਵਿੱਚ ਬਿਜਲੀ ਦੀਆਂ ਤਾਰਾਂ ਵੀ ਲੱਗੀਆਂ ਹੋਈਆਂ ਵਾਂ ਜਿਹੜਾ ਸੋਨਾ ਲੱਗਦਾ ਵਾ ਤੇ ਜਿੱਦਾਂ ਕਿ ਤੁਸੀਂ ਦੇਖ ਰਹੀਆਂ ਕਿ ਇਹਨਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਫੜੀਆਂ ਹੋਈਆਂ ਵਾਂ ਤੇ ਇਹ ਕਿਤਾਬਾਂ ਦੇ ਉੱਤੇ ਨਾ ਜਿੱਦਾਂ ਜਿੱਦਾਂ ਇਹਨਾਂ ਨੇ ਆ ਆਪਣੀ ਕਿਤਾਬ ਦੇ ਜਿਹੜੇ ਨਾਤਾ ਜਿਹੜੀ ਇਹਨਾਂ ਦੇ ਨਬੀ ਦੀਆਂ ਵਾਂ ਉਹ ਪੜਨੀਆਂ ਵਾਂ ਤੇ ਉਹ ਲਿਖੀਆਂ ਹੋਈਆਂ ਵਾਂ ਐ ਮਿਊਜ਼ਿਕ ਨੂੰ ਕੀ ਕਹਿੰਦੇ ਆ ਐ ਕੀ ਉਹ ਨੂੰ ਕਹਿੰਦੇ ਹਨ ਮਿਊਜ਼ਿਕ ਨੂੰ ਆਪ ਦਾ ਤੁਸੀਂ ਹੁਣ ਦੱਸ ਦੋ ਕਿ ਕੀ ਕਹਿੰਦੇ ਆ ਜਿਹੜਾ ਜਿਹੜੀ ਉਹਨਾਂ ਦਾ ਬਾਜਾ ਵੱਜਦਾ ਨਾ ਉਹਦੇ ਮੁਤਾਬਕ ਪੜਨ ਵਾਸਤੇ ਉਸ ਜ਼ਬਾਨ ਦੇ ਵਿੱਚ ਇਹ ਲਿਖਿਆ ਹੋਇਆ ਵਾ ਤੇ ਜਿਹੜਾ ਪੜ ਰਿਹਾ ਆ ਜਿਹੜੀ ਬਾਜੀ ਇਹੋਗੇ ਹੁਣ ਆ ਕੇ ਖੜੀ ਹੋਈ ਆ ਸਟੇਜ ਤੇ ਸਟੇਜ ਤੇ ਨਹੀਂ ਮਾਈਕ ਨੂੰ ਵੀ ਨਹੀਂ ਪਤਾ ਕੀ ਕਹਿਣਾ ਇਹ ਜਿਹੜੀ ਆ ਕੇ ਖੜੀ ਹੋਈ ਆ ਸਪੀਕਰ ਵੀ ਨਹੀਂ ਜਿਹੜੀ ਕੋਲੇ ਆ ਕੇ ਖੜੀ ਹੋਈ ਆ ਤੇ ਉਹ ਪੜ ਰਹੀ ਆ ਆਪਣੀ ਕਿਤਾਬ ਦੇ ਵਿੱਚੋਂ ਤੇ ਉਹ ਵੀ ਦੱਸ ਰਹੀ ਆ ਥੋੜਾ ਥੋੜਾ ਦੱਸੂਗੀ ਖੁਤੇਬੇ ਦੇਊਗੀ ਸਾਰੇ ਬੰਦੇ ਬੁੜੀਆਂ ਜੜੀਆਂ ਨਾ ਉਹ ਆਪਣੇ ਆਪਣੇ ਵਕਤ ਦੇ ਵਿੱਚ ਆਪਣੇ ਆਪਣੇ ਜਾ ਕੇ ਨਾ ਇੱਥੇ ਖੜੇ ਹੋ ਕੇ ਖੁਤਬੇ ਦਿੰਦੇ ਆ ਫਿਰ ਇਹ ਆਪਣੇ ਨਵੀਂ ਦੀਆਂ ਇਹ ਨਾ ਤਾਂ ਪੜਦੇ ਆ ਤੇ ਜਦੋਂ ਹੋ حضرت ঈਸਾ আলাইহিস ਸਲਮ ਛੋਟਾ ਜਿਹਾ ਬੱਚਾ ਸੀ ਕਿਦਾਂ ਹੋ ਪੈਦਾ ਹੋਇਆ ਕਿ ਅੱਲਾਹ ਤਾਲਾ ਨੇ ਕਰਾਮਤਾਂ ਕੀਤੀਆਂ ਮੌਜੂਜ਼ੇ ਦਿਖਾਏ ਕਿ ਇੱਕ ਛੋਟਾ ਜਿਹਾ ਬੱਚਾ ਜਿਹੜਾ ਸੀਗਾ ਪੈਦਾ ਹੋਇਆ ਤਾਂ ਉਹ ਪੰਘੂੜੇ ਦੇ ਵਿੱਚ ਹੀ ਬੋਲ ਉਠਿਆ ਕਿ ਮੇਰੀ ਮਾਂ ਜਿਹੜੀ ਆ ਉਹ ਪਾਕ ਦਮਨ ਆ ਤੇ ਮੈਂ ਅੱਲਾਹ ਤਾਲਾ ਦਾ ਨਬੀ ਆ ਤੇ ਉਹ ਚੂਲੇ ਦੇ ਵਿੱਚ ਝੂਲ ਰਹੀ ਸੀ ਬਾਹਰ ਪੇਡਾਂ ਫੇਰ ਰਹੀਆਂ ਸੀ ਇਸ ਤਰੀਕੇ ਦੇ ਇਹਨਾਂ ਦੇ ਨਾ ਇਹ ਗਾਣੇ ਆ ਜਿਹੜੇ ਇਹਨਾਂ ਦੇ ਮਜ਼ਬਦ ਦੇ ਵਿੱਚ ਆ ਤੇ ਇਹ ਗਾਉਂਦੇ ਆ ਤੇ ਜੇ ਤੁਸੀਂ ਦੇਖਿਆ ਜਾਵੇ ਤੇ ਇਹ ਸਾਰਾ ਮਜ਼ਬਦਾਂ ਵਿੱਚ ਅਜੇ ਸਿੱਖ ਦੇਖੋ ਤਾਂ ਤੁਸੀਂ ਉਹ ਵੀ ਆਪਣੀ ਕਿਤਾਬ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਤੇ ਉਹ ਵੀ ਗਾ ਗਾ ਕੇ ਪੜ੍ਹਦੇ ਆ ਇਸੇ ਤਰੀਕੇ ਨਾਲ ਜਿਹੜੇ ਅਸਾਈ ਜਿਹੜੇ ਹਿੰਦੂ ਆ ਉਹਨਾਂ ਦੀ ਕਿਤਾਬੀਆਤ ਉਹ ਵੀ ਗਾ ਗਾ ਕੇ ਹੀ ਪੜ੍ਹਦੇ ਆ ਤੇ ਇਸੇ ਤਰੀਕੇ ਨਾਲ ਜਿਹੜੇ ਸਾਈ ਲੋਗ ਆ ਇਹ ਵੀ ਹਾਂ ਤੁਸੀਂ ਹੁਣ ਆ ਦੇਖੋ ਕਿ ਆਪਣੀ ਆਬਾਦਤ ਕਰ ਰਹੇ ਆ ਤੇ ਇਹ ਵੀ ਗਾ ਗਾ ਕੇ ਪੜ ਰਹੇ ਆ ਜਦੋਂ ਇਹ ਪੜਨ ਲੱਗਦੇ ਆ ਤਾਂ ਇhtram ਨਾਲ ਖੜੇ ਹੋ ਜਾਂਦੇ ਆ ਤੇ ਜਦੋਂ ਇਹ ਸੁਣਦੇ ਹੁੰਦੇ ਆ ਪੜ ਹਟਦੇ ਆ ਕੋਈ ਖੁਤਬਾ ਦਿਂਦਾ ਵਾ ਤੇ ਫਿਰ ਇਹ ਬੈਠ ਜਾਂਦੇ ਆ ਤੇ ਜਿਹੜੇ ਹੈਗੇ ਆ ਨਾ ਇਹ ਮੁਸਲਮਾਨ ਤੇ ਇਸ ਮੁਸਲਮਾਨ ਤੇ ਇਸਲਾਮ ਦਾ ਇੰਨਾ ਖੂਬਸੂਰਤੀ ਆ ਕਿ ਉਹਨਾਂ ਨੇ فرمایا ਅੱਲਾਹ ਤਾਲਾ ਨੇ ਕਿ ਅੱਲਾ ਦੇ ਰਸੂਲ ਸੱਲੱਲ੍ਹਾ ਉਸਲਮ ਨੇ ਕਿ ਸਾਡੇ ਮਜ਼ਬਦ ਦੇ ਵਿੱਚ ਗਾਣੇ ਬਾਜੇ ਮਨਾਵਾ ਲੇਕਿਨ ਤੁਸੀਂ ਅੱਛੇ ਤੇ ਅੱਛੇ ਤਰੀਕੇ ਦੇ ਨਾਲ ਅੱਛੇ ਤੇ ਅੱਛੇ ਰਹਾਈ ਦੇ ਨਾਲ ਅੱਛੇ ਤੇ ਅੱਛੇ ਅੰਦਾਜ਼ ਦੇ ਨਾਲ ਨਾ ਕੁਰਾਨ ਪਾਕ ਦੀ ਤਲਾਵਤ ਕਰੋ ਗਾਣੇ ਨਾ ਗਾਵੋ ਤਲਾਵਤ ਕਰੋ ਤੇ ਦੂਸਰਾ ਕਈ ਮਜ਼ਬਾਂ ਦੇ ਵਿੱਚ ਡਾਂਸ ਵੀ ਲਿਖਿਆ ਹੁੰਦਾ ਵਾ ਡਾਂਸ ਵੀ ਕਰਦੇ ਆ ਲੇਕਿਨ ਸਾਡੇ ਮਜ਼ਬਦ ਦੇ ਵਿੱਚ ਡਾਂਸ ਦੀ ਬਚਾਏ ਨਮਾਜ਼ ਪੜਨ ਦਾ ਹੁਕਮ ਆ ਕਿ ਜਿਹੜਾ ਅੱਲਾਹ ਤਾਲਾ ਦੇ ਨਾਲ ਤਲਕਾ ਨਾ ਉਹ ਮਜ਼ਬੂਤ ਬਣਾਇਆ ਜਾਵੇ ਤੇ ਇਸੇ ਤਰੀਕੇ ਨਾਲ ਅਸੀਂ ਨਹੀਂ ਕੁਸਤੇ ਨੂੰ ਵੀ ਕੋਸ਼ਿਸ਼ ਕਹਿੰਦੇ ਅਸੀਂ ਸਾਰੇ ਮਜ਼ਬਾਂ ਦਾ ਇਤ ਇਤਰਾਮ ਕਰਦੇ ਹਾਂ ਸਾਰੇ ਨਬੀਆਂ ਪਗੰਬਰਾਂ ਨੂੰ ਅਸੀਂ ਮੰਨਦੇ ਹਾਂ ਤੇ ਸਾਰਿਆਂ ਨੂੰ ਅਸੀਂ ਇਜ਼ਤ ਦਿੰਨੇ ਆ ਕਿ ਸਾਡੇ ਇਸਲਾਮ ਦੇ ਵਿੱਚ ਸਾਰੇ ਨਬੀ حضرت ਆਦਮ علیہ السلام ਤੋਂ ਲੈ ਕੇ حضرت محمد صلی اللہ علیہ وسلم تک ਜਿਨੇ ਵੀ ਨਬੀ ਪਗੰਬਰ ਆਏ ਆ ਨਾ ਉਹ ਬਰਹਾਕ ਆਇਆ ਤਾਂ ਅੱਲਾਹ ਤਾਲਾ ਦਾ ਕਲਾਮ ਲੈ ਕੇ ਆਏ ਆ ਬਾ مختلف ਇਲਾਕਿਆਂ ਦੇ ਵਿੱਚ مختلف ਵਕਤਾਂ ਦੇ ਵਿੱਚ ਅੱਲਾਹ ਤਾਲਾ ਨੇ ਜ਼ਰੂਰਤ ਦੇ ਮੁਤਾਬਕ ਜ਼ਮੀਨ ਦੇ مختلف ਮੁxtਲਫ ਨੂੰ ਪੰਜਾਬੀ 'ਚ ਪਤਨ ਕੀ ਕਹਿੰਦੇ ਆ ਉਹ ਮੁxtਲਫ ਵਕਤਾਂ ਦੇ ਵਿੱਚ ਤੇ ਮੁxtਲਫ ਇਲਾਕਿਆਂ ਦੇ ਵਿੱਚ ਜ਼ਰੂਰਤ ਦੇ ਮੁਤਾਬਕ ਅੱਲਾਹ ਤਾਲਾ ਨੇ ਨਬੀ ਪਗੰਬਰ ਭੇਜਿਆ ਤੇ ਜਿਹੜੇ ਉਹ ਨਬੀ ਪਗੰਬਰ ਵਾ ਉਹ ਬਰਹਾ ਦਾ ਸੱਚੇ ਆ ਰੱਬ ਤੋਂ ਵੱਲੋਂ ਆਏ ਆ ਤੇ ਉਹਨਾਂ ਨੂੰ ਦੇ ਨਾਲ ਬਹੁਤ ਜ਼ੁਲਮ ਹੋਇਆ ਬੜੀਆਂ ਜ਼ਿਆਤੀਆਂ ਹੋਈਆਂ ਲੇਕਿਨ ਉਹ ਅੱਲਾਹ ਤਾਲਾ ਦੀ ਰਾਹ 'ਚ ਹੱਕ ਵਾਸਤੇ ਡਟੇ ਰਹੇ ਆ ਜਾਨ ਤੱਕ ਕਈਆਂ ਪਗੰਬਰਾਂ ਦੀ ਕੁਰਬਾਨ ਹੋ ਗਈਆਂ ਲੇਕਿਨ ਉਹਨਾਂ ਨੇ ਅੱਲਾਹ ਤਾਲਾ ਦੀ ਇੱਕ ਹੋਣ ਦਾ ਕਿ ਅੱਲਾਹ ਤਾਲਾ ਵਾਹਦ ਅਲਾ ਸ਼ਰੀਕਾ ਤੇ ਉਹਦਾ ਕੋਈ ਸ਼ਰੀਕ ਨਹੀਂ ਤੇ ਉਹਦੀ ਇਬادت ਕਰਨੀ ਚਾਹੀਦੀ ਆ ਅੱਲਾਹ ਤਾਲਾ ਦੇ ਬੰਦਿਆਂ ਦੇ ਨਾਲ ਅچھے ਸਲੂਕ ਨਾਲ ਮਿਲਣਾ ਚਾਹੀਦਾ ਸਾਰਿਆਂ ਦਾ ਇਹੀ ਪਗਾਮ ਆ ਸਾਰੇ ਨਬੀਆਂ ਪਗੰਬਰਾਂ ਦਾ ਪਗਾਮ ਤੋਹੀਦ ਦਾ ਪੈਗਾਮ ਹੈ ਕਿ ਅੱਲਾਹ ਤਾਲਾ ਹੀ ਇੱਕਵਾਤ ਅੱਲਾਹ ਤਾਲਾ ਦੀ ਬੰਦਗੀ ਕਰਨੀ ਚਾਹੀਦੀ ਆ ਸਾਰੀਆਂ ਇਨਸਾਨੀਆਂ ਤੈਨੂੰ ਅੱਲਾਹ ਤਾਲਾ ਦੇ ਦੱਸੇ ਹੋਏ ਤਰੀਕੇ ਦੇ ਨਾਲ ਜੀਣਾ ਚਾਹੀਦਾ ਤੇ ਇਹੀ ਸਾਰੇ ਨਬੀ ਪਗੰਬਰਾਂ ਨੂੰ ਜੇ ਤੁਸੀਂ ਪੜੋ ਨਾ ਤੇ ਇੱਥੇ ਸਾਡੇ ਵਿਲਾਇਤ ਦੇ ਵਿੱਚ ਨਾ ਸਕੂਲਾਂ ਦੇ ਵਿੱਚ ਪੜ੍ਹਾਏ ਜਾਂਦੇ ਆ ਸਾਰੇ ਮਜ਼ਬਾਂ ਲਈ ਥੋੜੀ-ਥੋੜਾ ਦੱਸਿਆ ਜਾਂਦਾ ਵਾ ਕਿ ਸਾਰੇ ਮਜ਼ਬਾਂ ਨੂੰ ਨਾ ਜਿਹੜਾ ਬੁਨਿਆਦੀ ਇਲਮ ਹੋਵੇ ਵੇ ਕੀ ਚੀਜ਼ ਮੰਨਦੇ ਆ ਤਾਂ ਕੀ ਚੀਜ਼ ਦਾ ਇਹਨਾਂ ਦਾ ਅਕੀਦਾ ਕੀ ਆ تاقیدا ਜਿਹੜਾ ਹੁੰਦਾ ਨਾ ਇਹ ਬਹੁਤ ਹੀ ਜ਼ਰੂਰੀ ਇੱਕ ਬੰਦੇ ਦੀ ਸੋਚ ਹੁੰਦੀ ਆ ਜਿਹੜੀ ਇਨਸਾਨ ਨੂੰ ਸੋਚ ਕੇ ਸਮਝ ਕੇ ਇਨਸਾਨ ਆਪਣੇ ਜ਼ਮਾਨੇ ਦਿਮਾਗ ਦੇ ਵਿੱਚ ਬਣਾ ਲੈਂਦਾ ਤੇ ਸਾਡਾ ਜਿਹੜਾ ਕੀ عقیدہ ਵਾ ਕਿ ਅੱਲਾਹ ਤਾਲਾ ਇੱਕ ਵਾ ਅੱਲਾ ਦੇ ਰਸੂਲ ਮੁਹੰਮਦ ਸੱਲੱਲਾਹੁ ਅਲੈਹ ਵੈਸਲਮ ਆਖਰੀ ਨਬੀ ਆ حضرت ਈਸਾ ਅਲੈਹ ਸਲਮ ਆਪਣੇ ਅੱਲਾ ਤਾਲਾ ਨੇ ਆਪਣੀ ਸ਼ਾਨ ਨਾ ਆਪਣੀ ਕੁਦਰਤ ਨਾ ਪੈਦਾ ਫਰਮਾਏ ਆ ਉਹ ਅੱਲਾ ਤਾਲਾ ਦੇ ਨਬੀ ਆ ਇਹ ਚਾਰ ਕਿਤਾਬਾਂ ਨਜ਼ਲ ਹੋਈਆਂ ਵਾ ਅੱਲਾਹ ਤਾਲਾ ਦੇ ਸਾਰੇ ਪ੍ਰਗੰਗਰ ਬਰਹਾਕਾ ਅੱਲਾਹ ਤਾਲਾ ਦੀਆਂ ਕਿਤਾਬਾਂ ਸੱਚ ਆ ਕਿਆਮਤ ਦਾ ਦਿਨ ਹੱਕਾ ਇਹ ਸਾਰਾ ਸਾਡਾ ਜਿਹੜਾ ਈਮਾਨ ਆ ਜਿਹੜਾ ਸਾਡਾ ਸੋਚ ਆ ਜਿਹੜੀ ਸਾਡੀ ਯਕੀਨ ਇਹ ਸਾਡਾ ਅਕੀਦਾ ਬਣਾਉਂਦੇ ਆ ਤੇ ਜਿਸ ਤਰੀਕੇ ਨਾਲ ਅਕੀਦਾ ਹੋਊਗਾ ਬੁਨਿਆਦ ਹੋਊਗੀ ਉਸੇ ਤਰੀਕੇ ਨਾਲ ਸਾਰੀ ਇਮਾਰਤ ਖੜੀ ਹੁੰਦੀ ਆ ਨਾ ਇਸ ਲਈ ਇਹ ਹਰ ਇਨਸਾਨ ਦਾ ਆਪਣਾ ਆਪਣਾ ਅਕੀਦਾ ਹੁੰਦਾ ਮਜ਼ਹਬ ਹੁੰਦਾ ਜਿਹਨੂੰ ਉਹ ਫੁੱਲ ਜਿਹਨੂੰ ਉਹ ਪੈਰਵਰੀ ਕਰਦਾ ਵਾ ਉਹਨਾਂ ਹਰੇਕ ਦਾ ਸਰਬਰਾ ਹੁੰਦਾ ਵਾਰਾ ਹਨਮਾ ਹੁੰਦਾ ਜਿਹਨਾਂ ਸਾਰਾ ਰਾਹ ਦਿਖਾਉਂਦਾ ਵਾ ਤੇ ਜਿੱਦਾਂ ਕਾਫਲੇ ਚੱਲਦੇ ਹੁੰਦੇ ਆ ਤਾਂ ਕਾਫਲੇ ਦੇ ਮੁਰੇ ਇੱਕ ਬੰਦਾ ਹੁੰਦਾ ਜਿਹੜਾ ਅੱਗੇ ਅੱਗੇ ਰਾਹ ਦਾ ਪਤਾ ਕਰਕੇ ਦੱਸਦਾ ਜਾਂਦਾ ਤਾਂ ਸਾਰੇ ਪਿੱਛੇ ਪਿੱਛੇ ਤੁਰੇ ਜਾਂਦੇ ਆ ਇਸੇ ਤਰੀਕੇ ਨਾਲ ਸਾਡੇ ਜਿਹੜੇ ਨਬੀ ਪਗੰਬਰ ਆ ਉਹ ਵੀ ਸਾਨੂੰ ਰਾਹ ਦਿਖਾਉਂਦੇ ਆ ਕਿ ਕਿਹੜੇ ਰਸਤੇ ਤੇ ਅਸੀਂ ਜਾਣਾ ਤਾਂ ਕਿਹੜਾ ਰਸਤਾ ਜਿਹੜਾ ਕਾਮਯਾਬੀ ਦਾ ਰਸਤਾ ਵਾ ਇਹ ਹੁਣ ਪਾਈ ਜੜਾ ਵਾ ਇੰਨੇ ਹੁਣ ਆ ਜੜਾ ਵਾ ਸਵੈਟਰ ਵੀ ਇੰਗਲਿਸ਼ ਦਾ ਲਫ਼ਜ਼ ਆ ਇਹ ਜਿਹੜੀ ਇਹ ਕਪੜੇ ਪਾਏ ਆ ਇਹ ਵੀ ਇਹਨਾਂ ਦੇ ਮਜ਼ਰਬ ਦੇ ਅਸਾਈਆਂ ਦੇ ਵੱਡੇ ਦਿਨਾਂ ਦੇ ਮਜ਼ਬ ਦਾ ਵਾ ਕੇ ਖੁਸ਼ੀ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਇਹ ਕਪੜੇ ਪਾ ਕੇ ਸਾਰੇ ਭੈਣਾਂ ਤਾਂ ਭਰਾ ਤੇ ਬਾਬੇ ਤੇ ਆਂਟੀਆਂ ਬਾਜੀਆਂ ਜਿਹੜੀਆਂ ਵਾ ਇਹ ਵੀ ਆਪਣੇ ਸੋਹਣੇ ਕਪੜੇ ਪਾ ਕੇ ਸੋਹਣੇ ਬਣ ਸਬਰ ਕੇ ਆਏ ਆ ਤੇ ਕਈਆਂ ਦੇ ਤਾਂ ਆਪਣੇ ਜਿਹੜੇ ਪਿਆਰੇ ਆ ਮਾਂ ਬਾਪ ਆ ਜਾਂ ਭੈਣ ਭਰਾ ਵਾ ਜਾਂ ਖਾ ਬੰਦਾ ਹੋਰ ਪਿਆਰ ਲਾਲੂ ਪਿਆਰੇ ਹੋ ਚੁਕੇ ਆ ਉਹਨਾਂ ਨੂੰ ਵੀ ਸਵਾਪ ਪਚਾਉਂਦੇ ਆ ਪੜ ਪੜ ਕੇ ਨਾਲੇ ਆਪਣੇ ਇਹ ਰੋਹਾਨੀ ਤਾਕਤ ਹਾਸਲ ਕਰਦੇ ਆ ਆਪਣੇ ਰੱਬ ਦੇ ਨਾਲੇ ਇਹ ਜਿਆਦਾ ਜੁੜਨਾ ਪਸੰਦ ਕਰਦੇ ਆ ਜਿੱਦਾਂ ਸਾਡੇ ਸਾਰੇ ਲੋਕ ਜਿਹੜੇ ਆ ਇhtiram ਦੇ ਨਾਲ ਮਸਜਿਦ ਜਾਂਦੇ ਆ ਤਾਂ ਹਰ ਮਜ਼ਹਬ ਜਿਹੜਾ ਉਹ ਆਪਣੇ ਜਿਹੜੀ ਆਬਾਦਗਾਰ ਦਾ ਰੁਖ ਕਰਦੇ ਆ ਤੇ ਇਹ ਹੁਣ ਹੁਣ ਸਾਨੂੰ ਸਾਰੇ ਭਾਈ ਕਹਿੰਦੇ ਆ ਕਿ ਉਹ ਭਾਈ ਕਹਿੰਦਾ ਕਿ ਸਾਰੇ ਹੁਣ ਖੜੇ ਹੋ ਜਾਓ ਖੜੇ ਤਸ਼ਰੀਫ ਕਰੋ ਤੇ ਉਹ ਹੁਣ ਨਾ ਤੁਹਾਨੂੰ ਦੱਸ ਰਿਹਾ ਵਾ ਕਿ ਕਿਸ ਕਿਸ ਤੇ ਕਿਹਨਾਂ ਇਸ ਆ ਪੰਣੀ ਅਤੇ ਕਿਸ ਤਰੀਕੇ ਨਾਲ ਆਵਾਜ਼ ਉੱਪਰ ਜਾਣੀ ਹੈ ਕਿਸੇ ਤਰੀਕੇ ਨਾਲ ਕਰਨੀ ਆ ਅਸੀਂ ਸਾਨੂੰ ਤਾਂ ਲ ਇੱਕ ਦੇਖ ਕੇ ਲੱਗਦਾ ਜਿੱਦਾਂ ਬੰਦਾ ਕਮਲਾ ਹੁੰਦਾ ਕਮਲਾ ਨਹੀਂ ਹੁੰਦਾ ਇਹ ਨਾ ਇਹਨਾਂ ਨੂੰ ਪੂਰਾ ਸਮਝ ਹੁੰਦੀ ਆ ਜਿਹੜੀ ਇਹ ਕੀ ਕਹਿੰਦੇ ਹੁੰਦੇ ਆ ਇਹ ਜਿਹੜੇ ਗਾਣੇ ਬਾਜੇ ਹੁੰਦੇ ਆ ਨਾ ਇਹਨਾਂ ਦਾ ਵੀ ਇੱਕ ਲਿਖਾਈ ਹੁੰਦੀ ਆ ਜਿਹਨੂੰ ਇਹ ਸਮਝਦੇ ਆ ਤੇ ਉਹਦੇ ਮੁਤਾਬਕ ਇਹ ਹਦਾਇਤ ਦਿੰਦੇ ਆ ਉਹਨਾਂ ਨੂੰ ਹਾਂ ਤੇ ਇਸ ਤਰੀਕੇ ਨਾਲ ਉਹ ਦੇਖ ਦੇ ਕੇ ਇਹਨੂੰ ਪੜੀ ਜਾਂਦੇ ਆ ਤੇ ਤੁਸੀਂ ਗੁਲੁਕਾਰਾਂ ਨੂੰ ਵੀ ਦੇਖਿਆ ਹੋਗਾ ਜਿਹੜੇ ਵੱਡੇ ਵੱਡੇ ਜਗਾਰ ਵਿੱਚ ਗਾਉਂਦੇ ਆ ਤਾਂ ਕਿਸ ਤਰੀਕੇ ਨਾਲ ਹੱਥ ਹਲਾ ਰਹੇ ਹੁੰਦੇ ਆ ਉਹਦੇ ਨਾਲ ਫਿਰ ਸੁਰ ਨਿਕਲਦੇ ਆ ਤੇ ਉਹ ਸੁਰ ਕੱਢਣ ਵਾਸਤੇ ਉਹ ਨਾ ਹੱਥਾਂ ਦੇ ਨਾਲ ਇਸ਼ਾਰਿਕ ਦਾਸਤ ਦਾਵਾ ਕਿ ਇਦਾਂ ਦਾ ਕਰੋ ਤੇ ਕਈ ਬੰਦੇ ਬਹੁਤ ਹੀ ਹਿਲ-ਹਿਲ ਕੇ ਤੇ ਬੜੇ ਪਿਆਰ ਨਾਲ ਤੇ ਬੜੇ ਇhtਰਾਮ ਦੇ ਨਾਲ ਨਾ ਇਹ ਪੜ ਰਹੇ ਆ ਤੁਸੀਂ ਇਹ ਪਿੱਛੇ ਦੇਖੋ ਕਿ ਜਿਹੜਾ ਪਿੱਛੇ ਆ ਨਾ ਇਹ ਸਾਰਾ ਲੱਕੜੀ ਦਾ ਬਣਾਇਆ ਹੋਇਆ ਵਾ ਤੇ ਲੱਕੜੀ ਨੂੰ ਨਾ ਇਹ ਰੰਗ ਬਰੰਗਾ ਉਹਨਾਂ ਨੇ ਰੰਗ ਲਗਾਏ ਹੋਏ ਆ ਤੇ ਉਹ ਇਸ ਤਰੀਕੇ ਨਾਲ ਫਿਰ ਉਹ ਹੋਰ ਹੀ ਸੋਹਣਾ ਲੱਗਦਾ ਵਾ ਛੱਤ ਵੀ ਸਾਰੀ ਇਹਦੀ ਲੱਕੜੀ ਦੀ ਬਣੀ ਹੋਈ ਆ ਤੇ ਆ ਜਿਹੜੀਆਂ ਮਹਿਰਾਬਾਂ ਵਾਂ ਇਹ ਵੀ ਲੱਕੜੀ ਦੀਆਂ ਬਣੀਆਂ ਹੋਈਆਂ ਵਾਂ ਤੇ ਇਹਦੇ ਪਿੱਛੇ ਨਾ ਬਹੁਤ ਵੱਡੀ ਸਾਜ਼ ਵਜਾਉਣ ਵਾਲਾ ਜਿਹਨੂੰ ਪਿਆਨੋ ਕਹਿੰਦੇ ਮੈਂ ਹੁਣ ਕੋਈ ਤਾਂ ਕੋਈ ਇੰਗਲਿਸ਼ ਅੰਗਰੇਜ਼ੀ ਦਾ ਲਫ਼ਜ਼ ਦੀ ਇਸਤੇਮਾਲ ਕਰੂੰਗੀ ਨਾ ਤੇ ਉਹ ਜਿਹੜੇ ਆ ਨਾ ਮੈਂ ਅੱਜਕੱਲ ਕਿਸੇ ਨੂੰ ਨਾ ਕੋਈ ਕਰਦੋ ਨਾ ਕਿ ਤੁਸੀਂ ਕੋਈ ਲਫ਼ਜ਼ ਅੰਗਰੇਜ਼ੀ ਦਾ ਨਹੀਂ ਬੋਲਣਾ ਸਾਰਾ ਤੁਸੀਂ ਪੰਜਾਬੀ ਦਾ ਹੀ ਬੋਲਣਾ ਵਾ ਤੇ ਫਿਰ ਦੇਖਿਓ ਕਿ ਉਹਨਾਂ ਦੀ ਖਿੱਦਾਂ ਤੋਤੇ ਬੋਲਦੇ ਆ ਤੇ ਬੰਦਾ ਹਾਰ ਮੰਨ ਜਾਂਦਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਨਾ ਅੰਗਰੇਜ਼ੀ ਦੇ ਲਫ਼ਜ਼ ਜਿਹੜੇ ਆ ਇਸਤੇਮਾਲ ਕਰਨਾ ਸ਼ੁਰੂ ਕੀਤੇ ਹੋਏ ਆ ਤਾਂ ਸਾਨੂੰ ਉਹਨਾਂ ਸਾਡੀ ਮਾਂ ਬੋਲੀ ਜਿਹੜੀ ਆ ਸਾਡੂ ਭੁੱਲਦੀ ਜਾਂਦੀ ਆ ਪੰਜਾਬੀ ਸਾਨੂੰ ਭੁੱਲਦੀ ਜਾਂਦੀ ਆ ਉਰਦੂ ਥੋੜੀ-ਬਹੁਤੀ ਆਉਂਦੀ ਆ ਉਰਦੂ ਦੇ ਵਿੱਚ ਅਸੀਂ ਬੋਲ ਲਈਦਾ ਤੇ ਪੰਜਾਬੀ ਫਿਰ ਬਿਲਕੁਲ ਨੀ ਨਹੀਂ ਪਤਾ ਕਿ ਕਿਦਾਂ ਬੋਲਣੀ ਐ ਸਾਡੇ ਬੱਚਿਆਂ ਨੂੰ ਕੀ ਹੋਣੀ ਐ ਜੇ ਅਸੀਂ ਨਹੀਂ ਬੋਲਾਂਗੇ ਤੇ ਇਹ ਭਾਈ ਜਿਹੜਾ ਵਾ ਬਾਬਾ ਜਿਹੜਾ ਵਾ ਇਹ ਰਾ ਉਹਨਾਂ ਨੂੰ ਦੱਸ ਰਿਹਾ ਕਿ ਕਿਦਾਂ ਕਿਦਾਂ ਪੜਨਾ ਵਾ ਤੇ ਹਰ ਜਿਹੜਾ ਗਾਣਾ ਵਾ ਦੋ ਤਿੰਨ ਮਿੰਟ ਜਿਹੜਾ ਵਾ ਉਹ ਮਿੰਟ ਨਹੀਂ ਦੋ ਤਿੰਨ ਲੰਮ੍ਹੇ ਜਿਹੜਾ ਵਾ ਉਹ ਰਹਿੰਦਾ ਵਾ ਤੇ ਫੇਰ ਨਾ ਉਹ ਖਤਮ ਹੋ ਜਾਂਦਾ ਵਾ ਤੇ ਮੈਂ ਉਮੀਦ ਕਰਦੀ ਆ ਕਿ ਅੱਜ ਦਾ ਇਹ ਜਿਹੜਾ ਜਿਹੜਾ ਹੈ ਨਾ ਕੀ ਕਹਿੰਦੇ ਆ ਮੌਕਾ ਤੁਸੀਂ ਬਹੁਤ ਲੁਤਫੰਦੋਜ਼ ਹੋਗੇ ਤੇ ਤੁਹਾਨੂੰ ਵੀ ਸਮਝ ਆ ਰਹੀ ਹੋਗੀ ਕਿ ਅਸੀਂ ਕੀ ਕਹਿੰਨੇ ਆ ਇੱਕ ਤਾਂ ਮੈਂ ਜਿੱਦਾਂ ਬਣਾਇਆ ਸੀ ਤੇ ਉਦਾਂ ਹੀ ਮੈਂ ਚੜਾ ਦਿੱਤਾ ਇੱਕ ਬਿਜਲੀ ਵਾਲੇ ਡੱਬੇ ਦੇ ਉੱਪਰ ਤੁਹਾਨੂੰ ਪਤਾ ਨਾ ਜਿਸ ਚ ਤੁਸੀਂ ਵੀ ਦੇਖ ਰਹੇ ਆ ਤੇ ਆ ਜਿਹੜਾ ਵਾ ਇਹਨੂੰ ਮੈਂ ਨਾ ਇਹਦੀ ਆਵਾਜ਼ ਨੂੰ ਬੰਦ ਕਰਕੇ ਨਾ ਤੇ ਮੈਂ ਕਿਹਾ ਐਵੇਂ ਪੰਜਾਬੀ ਜੀ ਮੈਂ ਪੜਨਾ ਵਾਂ ਤੇ ਸਵਾਰ ਸਵਾਰ ਕੇ ਆਪਣੇ ਭੈਣ ਤੇ ਭਰਾਵਾਂ ਨੂੰ ਬਾਜੀਆਂ ਨੂੰ ਤਾਂ ਖਾਲਾਂ ਨੂੰ ਤਾਂ ਫੁੱਫੀਆਂ ਨੂੰ ਤਾਂ ਮਾਸੀਆਂ ਨੂੰ ਤਾਂ ਦਾਦੀਆਂ ਨੂੰ ਤੇ ਬੇਬੇਆਂ ਨੂੰ ਤੇ ਬੱਚਿਆਂ ਨੂੰ ਦੱਸਣਾਵਾ ਪੰਜਾਬੀ ਦੇ ਵਿੱਚ ਹੀ ਤੇ ਜਿਹੜੇ ਖਾਨਦਾਨੀ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਇਦਾਂ ਹੀ ਗੱਲ ਕਰਨੀ ਆ ਤਾਂ ਕਿ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਮਝਣ ਵਾਲਿਆਂ ਨੂੰ ਪੰਜਾਬੀ ਅੱਛੇ ਤਰੀਕੇ ਨਾਲ ਸਮਝ ਜਾਵੇ ਕਿ ਸਾਨੂੰ ਪੰਜਾਬੀ ਵੀ ਬੋਲਣੀ ਆਉਂਦੀ ਆ ਤੇ ਆ ਸਾਨੂੰ ਪਤਾ ਕਿ ਅਸੀਂ ਕੀ ਕਹਿ ਰਹੇ ਆ ਬੇਸ਼ੱਕ ਅਸੀਂ ਬੋਲਦਾ ਥੋੜਿਆ ਲੇਕਿਨ ਸਾਨੂੰ ਸਮਝ ਸਾਰੀ ਹੁੰਦੀ ਆ ਇਸੇ ਤਰੀਕੇ ਨਾਲ ਜਿਹੜੇ ਬੱਚੇ ਸਾਰੇ ਪਾਕਿਸਤਾਨ ਜਾਂਦੇ ਆ ਨਾ ਤੇ ਉੱਥੇ ਨਾ ਸਾਰੇ ਲੋਕ ਜਿਹੜੇ ਆ ਬੱਚਿਆਂ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਲੱਗਦਾ ਵਾ ਕਿ ਬੱਚਿਆਂ ਨੂੰ ਕਿਹੜੀ ਪੰਜਾਬੀ ਆਉਂਦੀ ਆ ਉਹ ਕੋਈ ਚੁਗਲੀ ਕਰਦਾ ਜਾਂ ਕੋਈ ਵੀ ਗੱਲ ਕਰਦਾ ਨਾ ਬੱਚੇ ਆ ਕੇ ਸਾਨੂੰ ਦੱਸ ਦਿੰਦੇ ਆ ਕਿ ਆਹ ਬੰਦਾ ਆਹ ਗੱਲ ਕਹਿ ਰਿਹਾ ਸੀ ਤੇ ਅਸੀਂ ਹੈਰਾਨ ਹੋ ਜਾਂਦੇ ਆ ਉਹਨਾਂ ਨੂੰ ਵੀ ਹੈਰਾਨ ਹੋ ਜਾਂਦੇ ਆ ਕਿ ਇਹਨਾਂ ਨੂੰ ਕਿੱਦਾਂ ਪਤਾ ਸੀ ਤੇ ਜਦਕਿ ਸਾਡੇ ਬੱਚੇ ਬੇਸ਼ੱਕ ਬੋਲਦੇ ਨਹੀਂ ਲੇਕਿਨ ਉਹਨਾਂ ਨੂੰ ਸਮਝ ਤਾਂ ਪੰਜਾਬੀ ਦੀ ਵੀ ਹੁੰਦੀ ਆ ਉਰਦੂ ਦੀ ਵੀ ਹੁੰਦੀ ਆ ਇੰਗਲਿਸ਼ ਦੀ ਵੀ ਹੁੰਦੀ ਆ ਇੱਥੇ ਫ੍ਰੈਂਚ ਵੀ ਪੜਾਈ ਜਾਂਦੀ ਆ ਜਰਮਨ ਵੀ ਪੜਾਈ ਜਾਂਦੀ ਆ ਬਹੁਤ ਸਾਰੀਆਂ ਦੂਸਰੀਆਂ ਜ਼ਬਾਨਾਂ ਵੀ ਸਿਖਾਈਆਂ ਜਾਂਦੀਆਂ ਆ ਅਸੀਂ ਵੀ 4-5 ਸਾਲ ਅਰਬੀ ਪੜ੍ਹੀ ਆ ਥੋੜੀ-ਬਹੁਤੀ ਸਾਨੂੰ ਅਰਬੀ ਜਦੋਂ ਬੋਲੀ ਜਾਂਦੀ ਹੋਵੇ ਸਮਝ ਆ ਜਾਂਦੀ ਆ ਕਿ ਮੁਖਤਸਰ ਜੀ ਕਿ ਕੀ ਬੋਲ ਰਿਹਾ ਕੀ ਇਹਨਾਂ ਦਾ ਮوضوع ਕੀ ਹੈ ਕਿਸ ਮوضوع ਤੇ ਗੱਲ ਕਰ ਰਹੇ ਆ ਤੇ ਇਹ ਹੁਣ ਉਹ ਜਿਹੜਾ ਪਿੱਛੇ ਬੈਠੇ ਆ ਨਾ ਕੁਰਸੀਆਂ ਦੇ ਉੱਤੇ ਉਹ ਵੀ ਇhtiram ਦੇ ਨਾਲ ਮੋਮਬਤੀਆਂ ਹੱਥਾਂ 'ਚ ਪਕੜੀਆਂ ਹੋਈਆਂ ਤੇ ਮੈਂ ਇੰਨਾ ਹੈਰਾਨ ਆ ਕਿ ਇੰਨੀ ਅਦਬ ਹੈ ਇਨਾਂ ਲੋਕਾਂ ਦੇ ਵਿੱਚ ਕਿ ਇਹ ਨਾ ਮੋਮਬਤੀਆਂ ਹੱਥਾਂ 'ਚ ਫੜੀਆਂ ਤੇ ਹੱਥ ਇਹਨਾਂ ਦੇ ਜਲਦੇ ਨਹੀਂਗੇ ਹੈਗੇ ਤੇ ਉਹ ਹੁਣ ਭਾਈ ਜਾ ਕੇ ਸਾਈਡ ਤੇ ਬੈਠ ਗਿਆ ਜਿਹੜਾ ਉਹਨੇ ਦੱਸਣਾ ਸੀ ਉਹ ਦੱਸ ਲਿਆ ਹੁਣ ਇਹ ਖੋਦੀ ਪੜੀ ਜਾਂਦੀ ਆ ਕਿਉਂਕਿ ਇਹ ਰੋਜ਼ ਪੜਦੇ ਰਹਿੰਦੇ ਆ ਤੇ ਇਹਨਾਂ ਦਾ ਇੱਕ ਰਹਾਵਾ ਤੇ ਇਸ ਰਹਾ ਦੇ ਨਾਲ ਇਹ ਨਾ ਸੋਨਾ ਪੜ ਲੈਂਦੇ ਆ ਤੇ ਅਸੀਂ ਤਾਂ ਸਲਾਮ ਪੇਸ਼ ਕਰਦੇ ਆ ਇਸ ਕੌਮ ਨੂੰ ਕਿ ਬੇਸ਼ੱਕ ਗਰਮ ਮੁਸਲਮ ਹੋਣ ਦੇ باوجود ਜਦੋਂ ਵੀ ਕਿਸੇ ਵਕਤ صدਕਾ ਜਾਂ ਖਰਾਇਤ ਕਰਨੀ ਪਵੇ ਨਾ ਤੇ ਇਹ ਲੋਕ ਬੜ ਚੜ ਕੇ ਅ ਅੱਲਾ ਦੀ ਰਾਹ ਚ ਦਿੰਦੇ ਆ ਗਰੀਬਾਂ ਨੂੰ ਦਿੰਦੇ ਆ ਮਸਕੀਨਾਂ ਨੂੰ ਦਿੰਦੇ ਆ ਭੁੱਖਿਆਂ ਨੂੰ ਦਿੰਦੇ ਆ ਬਿਮਾਰਾਂ ਨੂੰ ਦਿੰਦੇ ਆ ਸਾਡੇ ਤੋਂ ਜ਼ਿਆਦਾ ਇਹ ਲੋਕ ਦਿੰਦੇ ਆ ਔਰ ਜਦੋਂ ਵੀ ਕੋਈ ਚੀਜ਼ਾਂ ਦਿੰਦੇ ਆ ਤੇ ਇੰਨੀਆਂ ਦੀਆਂ ਚੀਜ਼ਾਂ ਇਦਾਂ ਨਵੀਆਂ ਨਕੋਰ ਹੁੰਦੀਆਂ ਵਾਂ ਸਾਡੀਆਂ ਤਾਂ ਸਾਡਾ ਜਦੋਂ ਸਾਨੂੰ ਚੀਜ਼ ਨਹੀਂ ਚਾਹੀਦੀ ਜਾਂ ਨਹੀਂ ਹੈ ਕਾ ਅਸੀਂ ਉਦੋਂ ਦਿੰਦੇ ਆ ਨਾ ਤੇ ਇਹਨਾਂ ਦੀਆਂ ਚੀਜ਼ਾਂ ਵੀ ਬਹੁਤ ਹੀ ਸੋਹਣੀਆਂ ਹੁੰਦੀਆਂ ਵਾ ਬੇਸ਼ੱਕ ਇਹ ਦੁਕਾਨਾਂ ਨੂੰ ਦੇਣ ਵਿੱਚ ਕਸਬੇ ਦੇ ਵਿੱਚ ਤੇ ਜਾਂ ਬੇਸ਼ੱਕ ਇਹ ਇੱਥੇ ਪੈਸੇ ਦੇਣ ਤੇ ਪੈਸੇ ਵੀ ਜਦੋਂ ਇਹ ਮਰ ਜਾਂਦੇ ਆ ਨਾ ਤੇ ਇਹ ਲੋਕ ਇੰਨੇ ਨਰਮ ਦਿਲ ਤੇ ਇੰਨੇ ਅੱਛੇ ਲੋਕ ਆ ਨਾ ਇਹ ਜੋਨ پارک ਸੈਰਗਾਹ ਹੁੰਦੀਆਂ ਵਾ ਨਾ ਉਹਨਾਂ ਦੇ ਵਿੱਚ ਇਹ ਕੁਰਸੀਆਂ ਬਣਵਾ ਦਿੰਦੇ ਆ ਸਕੂਲਾਂ ਮਦਰਸਿਆਂ ਦੇ ਵਿੱਚ ਬੱਚਿਆਂ ਵਾਸਤੇ ਕੋਈ ਕਿਤਾਬਾਂ ਲੈ ਦਿੰਦੇ ਆ ਤੇ ਖਾਣੇ ਦਾ ਇੰਤਜ਼ਾਮ ਕਰਵਾ ਦਿੰਦੇ ਆ ਤੇ ਜਿਹੜੀ ਸਾਡੀਆਂ ਤੇ ਬਖਾਨੇ ਹਨਾ ਹਸਪੀਟਲ ਤੇ ਬਖਾਨੇ ਹਨਾ ਜਿਹੜੇ ਤੇ ਉਹਨਾਂ ਚ ਵੀ ਇਹ ਬਹੁਤ ਸਾਰਾ ਚੰਦਾ ਦਿੰਦੇ ਆ ਪੈਸੇ ਦਿੰਦੇ ਆ ਤੇ ਫੇਰ ਅਸੀਂ ਕਿਉਂ ਨਾ ਸ਼ੁਕਰਗੁਜ਼ਾਰ ਹੋਈਏ ਕਿ ਜਦੋਂ ਅਸੀਂ ਆਪਣੀ ਮਜ਼ਹਬੀ ਕੰਮ ਕਰੀ ਲਿਆ ਨਾ ਤੇ ਉਹ ਉਹਨਾਂ ਦਾ ਵੀ ਬਹੁਤ ਇhtਰਾਮ ਕਰਦੇ ਆ ਕਿ ਅਸੀਂ ਆਪਣੇ ਇਸਲਾਮ ਨੂੰ ਮੰਨਦੇ ਆ ਤੇ ਉਸ ਤੇ ਅਮਲ ਕਰਦੇ ਆ ਤਾਂ ਉਸ ਨੂੰ ਇੱਕ ਕਰਦਾਰ ਨਭੋਨੇ ਆ ਤੇ ਫਿਰ ਅਸੀਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਇਹਨਾਂ ਦੇ ਨਾਲ ਅੱਛਾ ਸਲੂਕ ਕਰੀਏ ਤੇ ਅਸੀਂ ਵੀ ਇਸਲਾਮ ਦਾ ਅੱਛਾ ਜੜਾ ਵਾ ਰੋਖ ਵਾ ਨਾ ਇਸਲਾਮ ਦਾ ਉਹ ਇਹਨਾਂ ਨੂੰ ਦਿਖਾਈਏ ਅਸੀਂ ਇਸਲਾਮ ਦੇ ਨਾਂ ਪੇਸ਼ ਕਰਨ ਵਾਲੇ ਆ ਤੇ ਅੱਲਾਹ ਤਾਲਾ ਨੇ ਇਨਸਾਨ ਨੂੰ ਮੁਸਲਮਾਨਾਂ ਨੂੰ ਖਲੀਫਾ ਬਣਾ ਕੇ ਕਲਾਇਆ ਅਸੀਂ ਨਬੀ ਪਾਕ ਸੱਲੱਲਾਹੁ ਅਲੈਹ ਵਅਲਿ ਸਲਮ ਦੀ ਉਮਮਤਾਂ ਤੇ ਵਾਰਸਾਂ ਤੇ ਇਸ ਕਰਕੇ ਸਾਡਾ اخلاق ਇਹੀ ਆ ਕਿ ਮੁਸਲਮਾਨ ਤੇ ਗੈਰ ਮੁਸਲਮ ਸਭ ਦੇ ਨਾਲ ਅਪਲਾਈ ਕਰਨੀਆਂ ਅچھے اخلاق ਨਾਲ ਬੋਲਣਾ ਅੱਛਾ ਇhtiram ਦੇਣਾ ਪਿਆਰ ਮੁਹੱਬਤ ਫੁਲਾਉਣੀ ਆ ਨਫ਼ਰਤ ਨਹੀਂ ਫੁਲਾਉਣੀ ਤੇ ਇਸ ਕਰਕੇ ਇਨਸ਼ਾ ਅੱਲਾਹ ਤਾਲਾ ਰੱਬ ਤੋਂ ਉਮੀਦ ਵਾ ਕਿ ਉਹਦਾ دین ਜਿਹਦਾ ਪਸੰਦੀਦਾ دین ਹਮੇਸ਼ਾ ਕਾਇਮ ਦਮ ਰਹੇਗਾ ਇਸਲਾਮ ਸਾਡਾ ਹੀ ਨਹੀਂ ਇਸਲਾਮ ਸਾਰੀ ਦੁਨੀਆ ਵਾਸਤੇ ਆ ਤਾਂ ਹਰ ਇਨਸਾਨ ਵਾਸਤੇ ਹਰ ਤਬਕੇ ਵਾਸਤੇ ਆ ਇਸ ਲਈ ਜਿਹੜਾ ਬੰਦਾ ਕੋਈ ਅਮਲ ਕਰੂਗਾ ਤਾਂ ਫਿਰ ਦੇਖ ਕੇ ਮੁਸਲਮਾਨਾਂ ਇਹ ਮਤਾਸਰ ਹੋਣਗੇ ਤੇ ਫਿਰ ਜਾ ਕੇ ਨਾ ਇਹ ਸਲਾਮ ਕਬੂਲ ਕਰਨਗੇ ਤੇ ਫਿਰ ਇਹ ਸਾਡੇ ਤੋਂ ਵੀ ਅੱਛੇ ਮੁਸਲਮਾਨ ਇਹਨਾਂ ਵਿੱਚ ਜਿਹੜੇ ਬਣਦੇ ਆ ਬਣਦੇ ਆ ਕਿਉਂਕਿ ਉਹ ਫਿਰ ਜੜ੍ਹਾਂ ਤੋਂ ਸਮਝਦੇ ਆ ਅਸੀਂ ਤਾਂ ਸਾਡੇ ਕੋਈ ਇੱਕ ਸਿਆਣੀ ਔਰਤ ਸੀ ਉਸ ਕੋ ਪੁੱਛਿਆ ਕਿ ਸੁੰਨੀ ਮੁਸਲਮਾਨ ਕੌਣ ਹੁੰਦੇ ਆ ਸੁੰਨੀ ਮੁਸਲਮਾਨ ਕੌਣ ਹੁੰਦੇ ਆ ਤੇ ਉਹਨੇ ਸਿਆਣੀ ਔਰਤ ਨੇ ਦੱਸਿਆ ਕਿ ਜਿਹੜੇ ਸੁਨੇ ਸੁਨਾਏ ਮੁਸਲਮਾਨ ਹੁੰਦੇ ਆ ਨਹੀਂ ਮੈਂ ਸੁਨੀਆ ਫਲਾਣਾ ਮੁਸਲਾ ਹੋ ਗਿਆ ਮੁਸਲਮਾਨ ਹੋ ਗਿਆ ਨਹੀਂ ਮੈਂ ਹੋ ਗਿਆ ਇਹਦਾ ਸੁਣ ਸੁਨਾ ਕੇ ਮੁਸਲਮਾਨ ਹੋ ਗਏ ਕੋਈ ਉਸਲਾਮ ਦਾ ਪਤਾ ਹੀ ਨਹੀਂ ਤੇ ਮੜਾ ਮੋਟਾ ਕੁਰਾਨ ਪਾਕ ਪੜਨਾ ਸਿੱਖ ਲਿਆ ਤੇ ਮੜਾ ਮੋਟਾ ਨਮਾਜ਼ ਦੀਆਂ ਟਕਰਾਂ ਮਾਰਨੀਆਂ ਸਿੱਖ ਲੀਆਂ ਤੇ ਸਲਾਮ ਦੇ ਠੇਕੇਦਾਰ ਬਣ ਗਏ ਲੇਕਿਨ ਜਿਹੜਾ ਇਸਲਾਮ ਆ ਨਾ ਸਹੀ ਜਿਹੜੇ ਓਲੀਆ کرام ਤੋਂ ਬਲੀਆਂ ਤੋਂ ਅੱਲਾਹ ਤਾਲਾ ਦੇ ਪਿਆਰੇ ਬੰਦਿਆਂ ਤੋਂ ਜਿਹੜੇ ਬੰਦੇ ਪੜ ਕੇ ਸਮਝ ਕੇ ساری ਜ਼ਿੰਦਗੀ ਲਗਾ ਕੇ ਉਹਨਾਂ ਨੇ ਹਾਸਲ ਕੀਤਾ ਨਾ ਤੇ ਅਸੀਂ ਗਾਂਹ ਸਲਾਮ ਦੀ ਤਬਲੀਗ ਦਿੱਤੀ ਉਹ ਇਸਲਾਮ ਆ ਇਸਲਾਮ ਸਾਡੇ ਅੱਲਾਹ ਦਾ دین ਆ ਸਾਡੇ دین ਹਣੀਫਾ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਆ ਤੇ ਇਸਲਾਮ ਜਿਹੜਾ ਵਾ ਨਾ ਉਹ ਹੋ ਨਬੀ پاک ਸੱਲੱਲਾਹੁ ਅਲੈਹ ਵਅਲਿਸਲਮ ਦਾ ਤਰੀਕਾ ਕਰਵਾ ਅਗਰ ਸਮਝਿਆ ਜਾਇਆ ਤਾਂ ਤੇ ਇਹੀ ਤਰੀਕੇਕਾਰ ਸਾਰੀ ਦੁਨੀਆ ਵਾਸਤੇ ਅੱਲਾਹ ਤਾਲਾ ਨੇ ਆਖਰਤ ਤੱਕ ਰਹਿਦੀ ਦੁਨੀਆ ਤੱਕ ਅੱਲਾਹ ਤਾਲਾ ਨੇ ਬਣਾ ਕੇ ਭੇਜਿਆ ਜਿਹਨੂੰ ਪੇਸ਼ ਕਰਨਾ ਸਾਡਾ ਫਰਜ਼ ਬਣਦਾ ਵਾ ਜਿੰਨਾ ਚਿਰ ਅਸੀਂ 40 ਸਾਲ 50 ਸਾਲ ਜ਼ਿੰਦਾ ਰਹਿਣੇ ਆ ਜਿੰਨਾ ਚਿਰ ਸਾਡੀ ਜ਼ਿੰਦਗੀ ਆ ਤੇ ਅਸੀਂ اخلاق ਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਅੱਛੇ ਕਰਤਾਰ ਦੇ ਨਾਲ ਅਸੀਂ ਇਮਾਨਦਾਰੀ ਦੇ ਨਾਲ ਹੁਸਨ ਸਲੂਕ ਦੇ ਨਾਲ ਇਹਨਾਂ ਦੁਨੀਆ ਲੋਕਾਂ ਨੂੰ ਇਸਲਾਮ ਪਹੁੰਚਾਉਣਾ ਇਸਲਾਮ ਦੀ ਅਸਲ ਜਿਹੜੀ ਤਸਵੀਰ ਪੇਸ਼ ਕਰਨੀ ਆ ਤੇ ਇਸ ਵਾਸਤੇ ਸਾਨੂੰ ਬਹੁਤ ਸਾਦਾ ਰਹਿਣਾ ਪੈਂਦਾ ਬਹੁਤ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇਕੀ ਕਰਨੀ ਆਸਾਨ ਨਹੀਂ ਹੁੰਦੀ ਬੜੀਆਂ ਕੁਰਬਾਨੀਆਂ ਮੰਗਦੀ ਆ ਲੇਕਿਨ ਨੇਕੀ ਦਾ ਅਜਰ ਦੁਨੀਆ ਤੇ ਵੀ ਅੱਲਾਹ ਤਾਲਾ ਜ਼ਰੂਰ ਦਿੰਦਾ ਤੇ ਆਖਰਤ ਤੇ ਤੇ ਉਹਦਾ ਅਜਰ ਲਾਜ਼ਮੀ ਆ ਤੇ ਇਸੇ ਤਰੀਕੇ ਦੇ ਨਾਲ ਬਰਾਈ ਕਰਨੀ ਬੜੀ ਸੌਖੀ ਆ لیکن ਇਹ ਬرائی ਦਾ ਜਿਹੜਾ ਅਜ਼ਾਬ ਆ ਨਾ ਉਹ ਦੁਨੀਆਂ ਤੇ ਵੀ ਮਿਲਦਾ ਵਾ ਜ਼ਿਲਤ ਮਿਲਦੀ ਆ ਰਸਵਾਈ ਮਿਲਦੀ ਆ ਇਨਸਾਨ ਖੱਜਲ ਖਵਾਰ ਹੁੰਦਾ ਵਾ ਤੇ ਆਖਰਤ ਤੇ ਉਹਦਾ ਅਜ਼ਾਬ ਬਹੁਤ ਜ਼ਿਆਦਾ ਹੋਣਾ ਵਾ ਇੱਕ ਜੇ ਰਤੀ ਬਰਾਬਰ ਕਿਸੇ ਨੇ ਨੇਕੀ ਕੀਤੀ ਆ ਅੱਲਾਹ ਤਾਲਾ ਕਹਿੰਦਾ ਵਾ ਫਰਮਾ ਰਿਹਾ ਵਾ ਕਿ ਉਹਦਾ ਵੀ ਅਜਰ ਇਨਸਾਨ ਦੇਖ ਲੂਗਾ ਔਰ ਜਿਨੇ ਕੋਈ ਰਤੀ ਬਰਾਬਰ ਬੁਰਾਈ ਕੀਤੀ ਆ ਤਾਂ ਉਹਦਾ ਵੀ ਉਹਨੂੰ ਅਜ਼ਾਬ ਜ਼ਰੂਰ ਮਿਲੇਗਾ ਤਾਂ ਅਜ਼ਾਬ ਵੀ ਅੱਲਾਹ ਤਾਲਾ ਦਾ ਬਹੁਤ ਬੜਾ ਹੁੰਦਾ ਅੱਲਾਹ ਤਾਲਾ ਬਹੁਤ ਰਹਿਮਾਨ ਰਹੀਮ ਮੌਕੇ ਤੋਂ ਮੌਕੇ ਦਿੰਦਾ ਵਾ ਜ਼ਿੰਦਗੀ 'ਚ ਕਿ ਇਨਸਾਨ ਸੁਧਰ ਜਾਵੇ ਇਨਸਾਨ ਦਾ ਬੱਚਾ ਬਣ ਜਾਵੇ ਸਿੱਧੇ ਰਸਤੇ ਤੇ ਚੱਲ ਪਵੇ ਹੱਕ ਦੇ ਸਤੇ ਚ ਨੇਕਾਂ ਦੇ ਰਸਤੇ 'ਤੇ ਚੱਲ ਪਵੇ ਤੇ ਜੇ ਫਿਰ ਵੀ ਇਨਸਾਨ ਬਾਜ਼ ਨਹੀਂ ਹੁੰਦਾ ਤੇ ਫਿਰ ਉਹਨੇ ਸ਼ੈਤਾਨ ਦਾ ਹੀ ਰਸਤਾ ਚਿੱਤੇ ਚਲਣਾ ਤੇ ਬੁਰਾਈਆਂ ਹੀ ਕਰਨੀਆਂ ਤੇ ਫਿਰ ਉਹਦੀ ਮਰਜ਼ੀ ਆ ਉਹਨੇ ਬਰਬਾਦ ਹੋਣਾ ਵਾ ਤੇ ਉਹਦੀ ਮਰਜ਼ੀ ਅਮਲ ਸੇ ਜ਼ਿੰਦਗੀ ਬਣਦੀ ਹੈ ਜੰਨਤ ਵੀ ਜਹੰਨਮ ਵੀ ਅਮਲ ਸੇ ਜ਼ਿੰਦਗੀ ਬਣਦੀ ਹੈ ਜੰਨਤ ਵੀ ਜਹੰਨਮ ਵੀ अमल से जिंदगी बनती है जन्नत भी जहन्नम भी ये खा अपनी फितनत में है ना नूरी है ना नारी के नेक अमल करने कर अपने रब की रज़ा हासिल कर सकते हैं ਤੇ ਇਹਦੇ ਨਾਲ ਹੀ ਸਾਨੂੰ ਅੱਲਾਹ ਤਾਲਾ ਜਿਹੜਾ ਵਾ ਜੰਨਤ ਦੇਊਗਾ ਤੇ ਜੇ ਅਸੀਂ ਬੁਰੇ ਅਮਲ ਕਰਾਂਗੇ ਤੇ ਗਫਲਤ ਨਾਲ ਜ਼ਿੰਦਗੀ گزارਾਂਗੇ ਤਾਂ ਵੀ ਸਾਨੂੰ ਫਿਰ ਉਸ ਬੁਰੇ ਕਰਤਾਰ ਦੀ ਵਜ੍ਹਾ ਦੇ ਨਾਲ ਹੀ ਸਾਨੂੰ ਦੋਜ਼ਖ ਮਿਲੂਗੀ ਇਸ ਕਰਕੇ ਅਗਰ ਅਸੀਂ ਆਪਣੇ ਕਰਤਾਰ ਨੂੰ ਆਪਣੇ ਅਤਵਾਰ ਨੂੰ ਸੁਵਾਰ ਲਈਏ ਸੁਧਾਰ ਲਈਏ ਤੇ ਐਸੇ ਕਰਕੇ ਦੁਨੀਆ ਤੇ ਆਖਰਤ ਦੀ ਸਾਡੀ ਇਹ ਕਾਮਯਾਬੀ ਆ ਤੇ ਮੇਰਾ ਅੱਜ ਦਾ ਪੇਗਾਮ ਆ ਪਿਆਰ ਦਾ ਪੇਗਾਮ ਆ ਮੁਹੱਬਤ ਦਾ ਪੇਗਾਮ ਆ ਸਾਡੇ ਨਬੀ ਮੁਹੰਮਦ सल्लल्लाहु अलैहि वसल्लम आखिरी नबी हैं त रहमतुल आलमीना सारे जहाना वास्ते रहमत बना के अल्लाह ताला ने भेजे या वमा ارسلنا کا رحمت للعالمین بے شک ہم نے اپ کو تمام جہانوں کے لیے رحمت بنا کر بھیجا ہے تو رحمت بنا کے بھیجا صرف ساڑے ہی نہیں مسلمانوں دے نہیں غیر مسلم دے ہی ہر زمانے دے ہر ٹائم دے اخرت تک وہی نبی بکمبرا کیونکہ ان دا تو بعد کوئی نبی نہیں اوناں تے اس کر کے ساڑے نبی پاک صلی اللہ علیہ وسلم جڑے انہوں نا با اخلاقی نا پیش ہوندے سی انہاں تے ظلم زیادتی کردے سی انہاں نا بھی معاف کر کے ਅੱਛਾ ਸਲੂਕ ਕਰਦੇ ਸੀ ਪਹਿਲਾ ਤਾਂ ਸਾਨੂੰ ਇਹ ਚੀਜ਼ ਇਹ ਗੱਲ ਸਿਖਾਉਂਦੀ ਆ ਨਾ ਕਿ ਅਸੀਂ ਮੁਸਲਮਾਨਾਂ ਦੇ ਨਾਲ ਉਹਨਾਂ ਦੇ ਮੁਸਲਮਾਨਾਂ ਦੀ ਭਲਾਈ ਦੇ ਕੰਮ ਕਰੀਏ ਉਹਨਾਂ ਦੀ ਖੁਸ਼ੀ 'ਚ ਖੁਸ਼ੀ ਕਰੀਏ ਉਹਨਾਂ ਦੀ ਗਮੀ 'ਚ ਗਮ ਕਰੀਏ ਉਹਨਾਂ ਦੀ ਅਹਿਸਾਸ ਹਮਦਰਦੀ ਕਰੀਏ ਅੱਛੇ ਮੁਸਲਮਾਨ ਬਣੀਏ ਜ਼ਿੰਦਾ ਦਿਲ ਬਣੀਏ ਅਹਿਸਾਸ ਹਮਦਰਦੀ ਵਾਲੇ ਤੇ ਦੂਸਰਾ ਬਾਕੀ ਇਨਸਾਨੀਅਤ ਨਾਲ ਵੀ ਅੱਛੇ ਅੱਛੇ ਕਰਤਾਰ ਨਾ ਅੱਛੇ ਹੁਸਨ ਨਾ ਅੱਛੇ اخلاق ਨਾ ਪਿਆਰ ਮੁਹੱਬਤ ਨਾ ਰਹੀਏ ਤਾਂ ਕਿ ਇਸਲਾਮ ਦੀ ਜਿਹੜੀ ਸਹੀ ਪਹਿਚਾਨ ਆ ਨਾ ਉਹ ਇਨਸਾਨ ਨੂੰ ਆ ਸਕੇ ਇਸਲਾਮ ਦੀ ਸਹੀ ਪਹਿਚਾਨ ਇਨਸਾਨ ਸਮਝ ਜਾਵੇ ਜਦੋਂ ਇਨਸਾਨ ਆਪਣੇ ਆਪ ਨੂੰ ਪਹਿਚਾਨ ਜਾਂਦਾ ਆਪਣਾ ਇਸ ਦੁਨੀਆ ਤੇ ਆਣ ਦਾ ਮਕਸਦ ਪਹਿਚਾਨ ਜਾਂਦਾ ਤੇ ਫਿਰ ਅੱਲਾਹ ਕੀਤੇ ਉਹ ਦੁਨੀਆ ਦੋਨੋਂ ਜਹਾਨਾਂ ਦੇ ਵਿੱਚੋਂ ਕਾਮਯਾਬ ਹੋ ਹੀ ਜਾਂਦਾ ਕਿਉਂਕਿ ਉਸ ਤੇ ਰੱਬ ਦਾ ਕਰਮ ਹੁੰਦਾ ਜਿਹੜਾ ਬੰਦਾ ਨੇਕੀ ਦੇ ਕੰਮ ਕਰਨੇ ਦੀ ਕੋਸ਼ਿਸ਼ ਕਰੇ ਨਾ ਕਿ ਅੱਲਾਹ ਤਾਲਾ ਉਹਨੂੰ ਤੋਫੀਕ ਦਿੰਦਾ ਰਹਿੰਦਾ ਉਹ ਹੋਰ ਤੋਂ ਹੋਰ ਨੇਕੀ ਕਰਦਾ ਰਹਿੰਦਾ ਔਰ ਉਹਦੇ ਕਦਮ ਨੇਕੀ ਵਾਲੀ ਵੱਧਦੇ ਰਹਿੰਦੇ ਅੱਲਾਹ ਤਾਲਾ ਉਹਨੂੰ ਨੇਕੀ ਦੇ ਕੰਮ ਵਾਸਤੇ ਮੁਕਰਰ ਕਰ ਲੈਂਦਾ ਮੁੰਤਖਬ ਕਰ ਲੈਂਦਾ ਔਰ ਜਿਹੜੇ ਬਦੀ ਦੇ ਕੰਮ ਕਰਨ ਲੱਗ ਜAVE ਨਾ ਤੇ ਉਹ ਫਿਰ ਬਦੀ ਦੇ ਕੰਮ ਕਰਦਾ ਤੁਰਿਆ ਜਾਂਦਾ ਗਾਂ ਦੀ ਗਾਂ ਚਲਦਾ ਜਾਂਦਾ ਉਹ ਦਲਦਲ ਦੇ ਵਿੱਚ ਤੇ ਔਰ ਫਸਦਾ ਜਾਂਦਾ ਤੇ ਐਂਡ ਉਹਦਾ ਉਸੇ ਹਾਲ ਚ ਹੋ ਜਾਂਦਾ ਤੇ ਇਸੇ ਕਰਕੇ ਅੱਲਾਹ ਤਾਲਾ ਨੇ فرمایا ਕਿ ਜਦੋਂ ਇਨਸਾਨ ਦਾ ਖਾਤਮਾ ਹੋਊਗਾ ਨਾ ਮਰੂਗਾ ਜਿਸ ਹਾਲ ਚ ਮਰੂਗਾ ਉਸੇ ਹਾਲ ਚ اٹھਾਇਆ ਜਾਊਗਾ ਜੇ ਉਹਦਾ ਖਾਤਮਾ ਬਿਲੇ ਇਮਾਨ ਹੋਊਗਾ ਇਮਾਨ ਦੇ ਨਾਲ ਹੋਊਗਾ ਤਾਂ ਆਖਰਤ ਨਾਲ ਵੀ ਉਹ ਇਮਾਨ ਦੇ ਨਾਲ ਹੀ اٹھਾਇਆ ਜਾਊਗਾ ਔਰ ਆਖਰਤ ਵੀ ਉਹਦੀ ਬਿਹਤਰ ਹੋਗੀ ਇਸ ਕਰਕੇ ਮਰਨ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਕਹੇ ਟਾਈਮ ਸ ਮੌਤਾ ਜਾਣੀਆਂ ਤੇ ਜੇ ਅਸੀਂ ਨੇਕ ਅਮਲ ਕਰਦੇ ਹੋਵਾਂਗੇ ਤੇ ਨੇਕੀ ਕਰਦੇ ਕਰਦੇ ਸਾਡੀ ਜਿਹੜੀ ਜਾਨ ਨਿਕਲ ਜੂਗੀ ਤੇ ਇਨਸ਼ਾ ਅੱਲਾਹ ਤਾਲਾ ਰ ਰਹਿਮਾਨ ਰਹੀਮ ਆ ਆਖਰਤ ਜੀ ਵੀ ਹਸ਼ਰ ਦੇ ਟਾਈਮ ਵੀ ਜਦੋਂ ਉਠਾਊਗਾ ਅੱਲਾਹ ਤਾਲਾ ਤੇ ਉਹ ਈਮਾਨ ਸਲਾਮਤੀ ਰੱਖੂਗਾ ਫਿਰ ਇਸੇ ਕਰਕੇ ਆਪਾਂ ਪੜਦੇ ਆ ਨਾ ਰੱਬੀ ਯਸੀਰ ਵਾਲਾ ਤੋ ਅਸੀਰਵਾ ਤਮਮ ਬੇਲ ਖੈਰ ਕਿ ਅੱਲਾਹ ਤਾਲਾ ਜੜਾ ਕੁਛ ਮੈਨੂੰ ਨਹੀਂ ਪਤਾ ਉਹ ਸਾਨੂੰ ਸਿਖਾ ਦੇ ਤੇ ਸੜਾ ਖਾਤਮਾ ਈਮਾਨ ਦੇ ਨਾਲ ਕਰਨਾ ਤੇ ਇਸ ਕਰਕੇ ਜਿਹੜੀ ਕੰਪਨੀ ਹੁੰਦੀ ਆ ਨਾ ਇਹ ਵੀ ਬਹੁਤ ਹੀ ਇੰਪੋਰਟੈਂਟ ਹੁੰਦੀ ਆ ਆਈ ਮੀਨ ਇੰਗਲਿਸ਼ੀ ਦਾ ਲਫ਼ਜ਼ ਇਸਤੇਮਾਲ ਹੋ ਗਿਆ ਜਿਹੜੀ ਇਨਸਾਨ ਦੀ ਉਠਕ ਬੈਠਕ ਹੁੰਦੀ ਆ ਨਾ ਜਿੱਥੇ ਬੰਦਾ ਬਹਿੰਦਾ ਆਉਂਦਾ ਦੋਸਤਾਂ ਯਾਰਾਂ ਦੇ ਨਾਲ ਜਿੱਦਾਂ ਦੀ ਸਹਬਤ ਚ ਰਹਿੰਦਾ ਉਹ ਇਨਸਾਨ ਤੇ ਬਜ਼ਰੂਰ ਅਸਰ ਅੰਦਾਜ਼ ਹੁੰਦੀ ਆ ਉਹ ਐਸੀ ਅਸਰ ਅੰਦਾਜ਼ ਹੁੰਦੀ ਆ ਨਾ ਕਿ ਇਨਸਾਨ ਨੂੰ ਬਦਲ ਕੇ ਰੱਖ ਦਿੰਦੀ ਆ ਜੇ ਤੁਹਾਡੇ ਬੈਠਣਾ ਉੱਠਣਾ ਅੱਛੇ ਲੋਕਾਂ ਦੇ ਨਾਲ ਆ ਤੇ ਇਨਸ਼ਾ ਅੱਲਾਹ ਤਾਲਾ ਤੁਸੀਂ ਅੱਛੇ ਕੰਮ ਸਿੱਖੋਗੇ ਅੱਛੇ ਕੰਮ ਕਰਨੇ ਦਾ ਜਜ਼ਬਾ ਪੈਦਾ ਹੋਊਗਾ ਔਰ ਜੇ ਤੁਹਾਡੀ ਉਠਕ ਬੈਠਕ ਜਿਹੜੀ ਆ ਉੱਠਣਾ ਬੈਠਣਾ ਜਾਗਣਾ ਆਉਣਾ ਜਾਣਾ ਸਫ਼ਰ ਕਰਨਾ ਖਾਣਾ ਪੀਣਾ ਤੁਹਾਡਾ ਬੁਰੇ ਲੋਕਾਂ ਨਾਲ ਬੁਰੇ ਸੰਗ ਸਾਥ ਨਾਲ ਹੋਊਗਾ ਤੇ ਫਿਰ ਤੁਹਾਨੂੰ ਪਤਾ ਕਿ ਬੁਰਾਈਆਂ ਹੀ ਸਿੱਖੋਗੇ ਤੇ ਬੁਰਾ ਬੁਰਿਆਂ ਦੇ ਨਾਲ ਹੀ ਖਤਮਾ ਹੋਊਗਾ ਤਾਂ ਆਖਰਤ 'ਚ ਵੀ ਬੁਰਿਆਂ ਦੇ ਨਾਲ ਹੀ ਦੁਜ਼ਖੀ ਹੋ ਜਾਵਾਂਗੇ ਤੇ ਇਸੇ ਕਰਕੇ ਜਿਹੜੇ ਤੋਂ ਦੋਸਤੀ ਹੁੰਦੀ ਆ ਯਾਰੀ ਹੁੰਦੀ ਆ ਇਹ ਬਹੁਤ ਅੱਛੇ ਲੋਕਾਂ ਨਾਲ ਅੱਛੇ ਇਨਸਾਨਾਂ ਨਾਲ ਕਰਨਾ ਚਾਹੀਦਾ ਇਹ ਚਾਰ ਦਿਨ ਦੀ ਜ਼ਿੰਦਗੀ ਆ ਇਹਦਾ ਪਤਾ ਨਹੀਂ ਪਾਣੀ ਦਾ ਬੋਲਬਲਾ ਵਾਕੀ ਦੋ ਬੈਠ ਜਾਵੇ ਜਾਂ ਜਿੱਦਾਂ ਹਵਾ ਭਰੀ ਹੁੰਦੀ ਆ ਪਕਾਨੇ ਦੇ ਵਿੱਚ ਜਦੋਂ ਮਰਜੀ ਪਕਾਨੇ ਦੇ ਵਿੱਚੋਂ ਹਵਾ ਕੱਢ ਦੋ ਤਾਂ ਪਕਾਨਾ ਕੁਝ ਵੀ ਨਹੀਂ ਰਹਿੰਦਾ ਇਸੇ ਤਰੀਕੇ ਇਨਸਾਨ ਹੁੰਦਾ ਜਾਨ ਆ ਤਾਂ ਜਹਾਨ ਆ ਜਦੋਂ ਜਾਨ ਚਲੇ ਗਈ ਜਹਾਨ ਵੀ ਖਤਮ ਹੋ ਗਿਆ ਨਾਲ ਹੀ ਤੇ ਸੰਗ ਸਾਥ ਜਿਹੜਾ ਅੱਛਾ ਹੁੰਦਾ ਵਾ ਇਹ ਬਹੁਤ ਵੱਡੀ ਨੇਮਤ ਹੁੰਦੀ ਆ ਇਹ ਇਨਸਾਨ ਦੇ ਆਪਣੇ ਇਖਤਿਆਰ ਚ ਹੁੰਦਾ ਕਿ ਕਿਹਨੂੰ ਉਹ ਆਪਣਾ ਦੋਸਤ ਯਾਰ ਰੱਖਦਾ ਵਾ ਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਪਸੰਦ ਕਰਦੇ ਜਾਂ ਉਹਨਾਂ ਦੇ ਨਾਲ ਤੁਸੀਂ ਨਹੀਂ ਮਿਲਣਾ ਬਿਰਤਣਾ ਕਰਦੇ ਉਹਨਾਂ ਦਾ ਕਰਤਾਰ ਤੁਹਾਨੂੰ ਪਸੰਦ ਨਹੀਂ ਉਹਨਾਂ ਨੂੰ ਕਹੋ ਕੁਛ ਨਾ ਉਹਨਾਂ ਨਾਲ اخلاق ਨਾ ਪੇਸ਼ ਹੁੰਦਾ ਰਹੋ ਲੇਕਿਨ ਇੱਕ ਸਾਈਡ ਜੇ ਨੂੰ ਹੋ ਜੋ ਉਹਨਾਂ ਦਾ ਬੁਰਾ ਭਲਾ ਨਾ ਕਹੋ ਕਿਸੇ ਨੂੰ ਬੁਰਾ ਕਹਿਣ ਦੇ ਨਾਲ ਉਹ ਅੱਛਾ ਬਣ ਨਹੀਂ ਜਾਊਗਾ ਉਹ ਹੋਰ ਬੁਰਾਈ ਲਜਾਊਗਾ ਕਿ ਉਹਨਾਂ ਨੂੰ ਇਸਲਾਹ ਕਰਨੇ ਦਾ ਮਤਲਬ ਇਹੀ ਹੁੰਦਾ ਕਿ ਜਿਹੜਾ ਤੁਹਾਡੇ ਨਾਲ ਬੁਰਾ ਵੀ ਸਲੂਕ ਕਰੇ ਨਾ ਉਹਨਾਂ ਉਹਨਾਂ ਨੂੰ ਵੀ ਮaaf ਕਰਕੇ ਚੰਗਾ ਸਲੂਕ ਕਰਦੇ ਰਹੋ ਔਰ ਖੁਦ ਕਿਨਾਰਾ ਕਸ਼ੀ ਕਰ ਦਿਓ ਆਪਣੇ ਆਪ ਨੂੰ ਅੱਛਿਆਂ ਦੀ ਤਲਾਸ਼ ਚ ਰੱਖੋ ਅੱਛੇ ਲੋਕਾਂ ਦੀ ਬੈਠਕ ਦੇ ਵੱਲੋਂ ਅੱਛੇ ਲੋਕਾਂ ਦੀ ਗੱਲ ਸੁਣੋ ਅੱਛੀਆਂ ਗੱਲਾਂ ਦੀ ਦੁਆ ਕਰੋ ਸਵੇਰ ਸਾਜਦੇ ਉੱਠਦੇ ਆ ਆਪਣੇ ਰੱਬ ਕੋਲ ਦੁਆ ਮੰਗਦੇ ਆ ਕਰੋ ਕਿ ਸਾਡੇ ਕੋ ਅੱਜ ਕੋਈ ਨੇਕੀ ਦਾ ਕੰਮ ਹੋ ਜਾਈਏ ਜੇ ਤੂੰ ਰੱਬ ਸੁਣਿਆ ਰਾਜ਼ੀ ਹੋ ਜਾਏ ਔਰ ਰਾਤ ਨੂੰ ਸੌਂਦੇ ਟਾਈਮ ਅੱਲਾਹ ਤਾਲਾ ਤੋਂ ਮਾਫੀ ਮੰਗ ਕੇ ਸੋਵੋ ਕਿ ਵੀ ਅਸੀਂ ਅੱਲਾਹ ਤੇਰੇ ਤੇ ਸਫੁਰਦਾਂ ਤੇਰੇ ਹਵਾਲੇ ਆ ਜ਼ਿੰਦਗੀ ਮੌਤ ਦਾ ਕੱਲ ਦਾ ਕੋਈ ਪਤਾ ਨਹੀਂਗਾ ਹੈਗਾ ਸਾਨੂੰ ਜ਼ਿੰਦਗੀ ਤੰਦਰੁਸਤੀ ਆਮਾਨ ਬਖਸ਼ੀ ਨੇਕੀਆਂ ਦੀ ਖਾਤਰ ਸਾਨੂੰ ਨੀਂਦ ਪੂਰੀ ਦੇ ਤੇ ਸਾਡੇ ਬੱਚਿਆਂ ਦੀ ਹਰ ਚੀਜ਼ ਦੀ ਹਿਫਾਜ਼ਤ ਫਰਮਾ ਜਦੋਂ ਇਨਸਾਨ ਦਾ ਜਦੋਂ ਯਕੀਨ ਟਰਸਟੀ ਅੱਲਾਹ ਤਾਲਾ ਤੇ ਹੁੰਦਾ ਵਾ ਤੇ ਉਹ ਕਾਮਯਾਬੀ ਜ਼ਰੂਰ ਮਿਲਦੀ ਆ ਆ ਦੇਖੋ ਜੀ ਇਹ ਕੱਪੜੇ ਇਹਨਾਂ ਨੇ ਜਿਹੜੇ ਆ ਆ ਇਹਨਾਂ ਦਾ ਸਾਈਆਂ ਦਾ ਵੱਡਾ ਦੇਣਾ ਨਾ ਉਹਦੇ ਵਾਸਤੇ ਜਿਹੜੇ ਸੁਰਖ ਰੰਗਦੇ ਆ ਤੇ ਉੱਤੇ ਆਹ ਹਰਨੀ ਜੀ ਬਣੀ ਹੋਈ ਆ ਇਹ ਅੱਜ ਕੱਲ ਹੀ ਪਾਏ ਜਾਣੇ ਆ ਤੇ ਅੱਜ ਕੱਲ ਹੀ ਇਹ ਲੋਗ ਖਰੀਦਦੇ ਆ ਇਸ ਕਰਕੇ ਇਹਨਾਂ ਨੇ ਆਪਣੇ ਖਿੜਕੀਆਂ ਦੇ ਵਿੱਚ ਲਗਾ ਦਿੱਤੇ ਹੋਏ ਸ਼ੀਸ਼ਿਆਂ ਦੇ ਪਿੱਛੇ ਤਾਂ ਕਿ ਲੋਕ ਦੇਖਣ ਤੇ ਦੇਖ ਕੇ ਇਹ ਲੈ ਲੈਣ ਕਿ ਇਸ ਦੁਕਾਨ 'ਚ ਆ ਚੀਜ਼ ਮਿਲਦੀ ਆ ਤੇ ਫਿਰ ਬਾਅਦ 'ਚ ਕਿਸੇ ਨੇ ਲੈਣੀ ਨਹੀਂ بس ਆ ਦੋਤੇ ਨਾ ਦਿਨਾਂ ਦੇ ਵਾਸਤੇ ਇਹ ਖਰੀਦਦੇ ਆ ਤੇ ਆ ਸਾਡਾ ਜਿਹੜਾ ਨਾ ਬਹੁਤ ਵੱਡਾ ਜਿਹੜਾ ਹੈਗਾ ਵਾ ਬਹੁਤ ਸਾਰੀਆਂ ਦੁਕਾਨਾਂ ਦੇ ਵਿੱਚ ਇਹ ਹੈਗਾ ਵਾ ਕੀ ਉਹਨੂੰ ਕਹਿੰਦੇ ਆ ਖਰੀਦ ਅਫਰੁਖਤ ਕਰਨ ਦੀ ਜਗਾ ਵਾ ਤੇ ਉਥੇ ਵੀ ਵੱਡੀ ਸਾਰੀ ਉਹ ਦਰਖਤ ਲਗਾਈ ਹੋਈ ਆ ਜਿਨ੍ਹਾਂ ਤੇ ਕਮਕਮਕੇ ਲਗਾਏ ਹੋਏ ਆ ਤੇ ਆਹਾ ਵੀ ਤੁਹਾਨੂੰ ਦਿਖਾ ਰਹੀ ਆ ਕਿ ਸਾਡੀਆਂ ਜਿਹੜੀਆਂ ਰਾਤ ਨੂੰ ਸੜਕਾਂ ਕਿਦਾਂ ਨਜ਼ਰ ਆਉਂਦੀਆਂ ਆ ਕਿਦਾਂ ਲਾਈਟਾਂ ਸ਼ਟਾਂ ਲੱਗੀਆਂ ਹੋਈਆਂ ਹੁੰਦੀਆਂ ਤੇ ਮੈਂ ਉਮੀਦ ਕਰਦੀ ਆ ਕਿ ਮੇਰਾ ਜੇ ਇਹ ਜਿਹੜਾ ਵਲੌਗ ਆ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਜੇ ਮੈਨੂੰ ਇਹ ਕੀ ਕਹਿੰਦੇ ਆ ਪਸੰਦਾ ਆਵੇ ਤਾਂ ਪਲੀਜ਼ ਪਲੀਜ਼ ਵੀ ਨਹੀਂ ਕਹਣਾ ਮਿਹਰਬਾਨੀ ਕਰਕੇ ਇਹਨੂੰ ਨਾ ਅੰਗੂਠੇ ਦਾ ਬਟਨ ਦਬਾ ਦਿਓ ਤੇ ਇਹਨੂੰ ਇੱਕ ਲਾਲ ਰੰਗ ਦਾ ਬਟਨ ਆ ਉਹਨੂੰ ਵੀ ਦਬਾ ਦਿਓ ਤੇ ਆਪਣੇ ਖਾਨਦਾਨੀ ਲੋਕਾਂ ਦੇ ਨਾਲ ਤੇ ਆਪਣੇ ਦੋਸਤ ਯਾਰਾਂ ਦੇ ਨਾਲ ਵੰਡ ਲਿਓ ਉਹਨੂੰ ਕਿੰਦੇ ਸੀ ਬੀਬੀ ਜਿਹੜੀ ਆ ਵਿਲਾਇਤ ਚ ਰਹਿਣ ਵਾਲੀ ਆ ਉਹ ਇਦਾਂ ਦੇ ਪ੍ਰੋਗਰਾਮ ਬਣਾ ਕੇ ਲਿਆਉਂਦੀ ਆ ਸਾਰਿਆਂ ਦੇ ਵਾਸਤੇ ਤੇ ਜੇ ਵੰਡੋਗੇ ਤਾਂ ਤੁਹਾਨੂੰ ਵੀ ਸਵਾਬ ਮਿਲੂਗਾ ਕੋਈ ਜਿਹੜੀ ਅੱਛੀ ਗੱਲ ਆ ਗਾਂ ਫਲਾਉਣਾ ਜਿਹੜਾ ਉਹ صدਕਾ ਜਾ ਰਿਹਾ ਵਾ ਤੇ ਉਹਦਾ صدਕਾ ਜਾ ਰਿਹਾ ਦਾ ਸਵਾਬ ਤੁਹਾਨੂੰ ਦੁਨੀਆ ਤੇ ਵੀ ਮਿਲਦਾ ਰਹੂਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਅੱਲਾਹ ਦਰਖਤ ਲਗਾ ਦਿੰਦਾ ਜੰਨਤ ਦੇ ਵਿੱਚ ਫਿਰ ਦਰਖਤ ਵੱਡਦਾ ਰਹਿੰਦਾ ਤੇ ਫਿਰ ਜੰਨਤਾਂ ਦੇ ਵਿੱਚ ਬਾਗ ਮਿਲਣਗੇ ਤੇ ਇਸੇ ਤਰੀਕੇ ਨਾਲ ਫਿਰ ਜਦੋਂ ਬੰਦਾ ਮਰ ਵੀ ਜਾਂਦਾ ਉਸ ਤੋਂ ਬਾਅਦ ਵੀ ਉਹਦਾ ਸਵਾਬ ਮਿਲਦਾ ਰਹਿੰਦਾ ਉਹ ਤਾਂ ਸਵਾਬ ਮਿਲਦਾ ਹੀ ਰਹਿੰਦਾ ਜਾਰੀ ਰਹਿੰਦਾ ਉਹਦਾ ਸਵਾਬ ਇਸ ਕਰਕੇ ਉਹਨੂੰ صدਕਾ جاریہ ਕਹਿੰਦੇ ਆ ਤੇ ਇਹ صدਕਾ جاریہ ਚੰਗੀ ਗੱਲ ਫਲਾਉਣਾ ਤੇ ਬرائی ਗੱਲ ਤੋਂ ਰੋਕਣਾ ਪਿਆਰ ਮੁਹੱਬਤ ਫਲਾਉਣਾ ਤੇ ਇਸੇ ਕਰਕੇ ਅਸੀਂ ਚਾਰ ਦਿਨ ਇਸ ਦੁਨੀਆ ਦੇ ਵਿੱਚ ਹੈਗੇ ਆਂ ਉਈ ਪਤਾ ਨਹੀਂ ਹੈਗਾ ਕਿਹੜੇ ਵਕਤ ਕਿਹੜੇ ਬੰਦੇ ਦੀ ਮੌਤ ਆ ਜਾਣੀ ਆ ਛੋਟੇ ਵੀ ਜਾ ਰਹੇ ਆ ਬੜੇ ਵੀ ਜਾ ਰਹੇ ਆ ਬੂੜੇ ਵੀ ਜਾ ਰਹੇ ਆ ਪਤਾ ਹੀ ਨਹੀਂ ਹੈਗਾ 1 ਮਿੰਟ ਦਾ ਵੀ ਨਾ ਤੇ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਆਬਾਦ ਰੱਖੇ ਸ਼ਾਦ ਰੱਖੇ ਦੁੱਖ ਤਕਲੀਫਾਂ ਅੱਲਾਹ ਤਾਲਾ ਆਪਣੀ ਕਰਮ ਨਾਲ ਆਪਣੇ ਫਜ਼ਲ ਨਾਲ ਦੂਰ ਕਰੇ ਸਭ ਨੂੰ ਸਿਹਤ ਤੰਦਰੁਸਤੀ عطا ਫਰਮਾਵੇ ਘਰਾਂ ਨੂੰ ਆਬਾਦ ਤੇ ਸ਼ਾਦ ਕਰੇ ਪਿਆਰ ਮੁਹੱਬਤ ਅਮਨ ਚੈਨ ਸਕੂਨ ਦੇਵੇ ਤੇ ਰੋਜ਼ੀਆਂ ਵਿੱਚ ਅੱਲਾਹ ਤਾਲਾ ਬੇਸ਼ੁਮਾਰ ਬਰਕਤਾਂ ਦੇਵੇ ਅੱਲਾਹ ਤਾਲਾ ਸਭ ਦੀ ਹਿਫਾਜ਼ਤ ਫਰਮਾਵੇ ਦੁਆ ਕਰ ਸਕਦੇ ਆ ਅਸੀਂ ਦੁਆ ਤੋਂ ਸਵਾ ਹੋਰ ਕੀ ਕਰ ਸਕਦੇ ਆ ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਸ਼ੁਕਰੀਆ ਤੁਹਾਡਾ ਮੇਰਾ ਹੈ ਦੇਖਣ ਵਾਸਤੇ